ਅੱਜ ਦੀ ਵੀਡੀਓ ਵਿੱਚ ਅਸੀਂ 11th ਕਲਾਸ ਦੇ ਚੈਪਟਰ ਨੰਬਰ 4 ਦੀ ਗੱਲ ਕਰਾਂਗੇ ਜਿਸ ਦਾ ਨਾਮ ਹੈ ਕੰਪਿਊਟਰ ਸਿਸਟਮ ਐਂਡ ਇਟਸ ਮੇਨਟੇਨੈਂਸ ਇਸ ਚੈਪਟਰ ਦੇ ਵਿੱਚ ਅਸੀਂ ਕੰਪਿਊਟਰ ਦੀਆਂ ਕੁਝ ਬੇਸਿਕ ਗੱਲਾਂ ਕਰਾਂਗੇ ਕਿ ਕੰਪਿਊਟਰ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਯੂਟਿਲਿਟੀ ਪ੍ਰੋਗਰਾਮਸ ਹੁੰਦੇ ਨੇ ਜਾਂ ਸੌਫਟਵੇਅਰ ਕੀ ਹੁੰਦੇ ਨੇ ਉਹਨਾਂ ਨੂੰ ਕਿਵੇਂ ਇੰਸਟਾਲ ਕੀਤਾ ਜਾਂਦਾ ਹੈ ਜਦੋਂ ਕੰਪਿਊਟਰ ਨੂੰ ਤੁਸੀਂ ਬੰਦ ਕਰਦੇ ਹੋ ਤਾਂ ਬੰਦ ਕਰਨ ਲਈ ਕਿਹੜੀਆਂ-ਕਿਹੜੀਆਂ ਆਪਸ਼ਨਸ ਹੁੰਦੀਆਂ ਨੇ ਅਤੇ ਹੋਰ ਜਿੰਨੀਆਂ ਵੀ ਬੇਸਿਕ ਚੀਜ਼ਾਂ ਲਾਈਕ ਫੌਂਟ ਇੰਸਟਾਲ ਕਿਵੇਂ ਕਰਨੇ ਜਾਂ ਕੰਟਰੋਲ ਪੈਨਲ ਕੀ ਹੁੰਦਾ ਉਹਨਾਂ ਸਾਰਿਆਂ ਦੀ ਅਸੀਂ ਗੱਲ ਕਰਾਂਗੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਫਸਟ ਟਾਈਮ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਤੇ ਕੰਪਿਊਟਰ ਐਜੂਕੇਸ਼ਨ ਅਤੇ ਕੰਪਿਊਟਰ ਜਾਂ ਮੋਬਾਈਲ ਰਿਲੇਟਡ ਵੀਡੀਓਜ਼ ਲੈ ਕੇ ਆਂਦਾ ਰਹਿਣਾ ਹਾਂ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਅੱਜ ਦੀ ਵੀਡੀਓ ਨੂੰ ਅਸੀਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੰਪਿਊਟਰ ਸਿਸਟਮ ਮੇਨਟੇਨੈਂਸ ਤੋਂ ਕੀ ਭਾਵ ਹੈ ਕੰਪਿਊਟਰ ਹਾਰਡਵੇਅਰ ਦੀ ਮੇਨਟੇਨੈਂਸ ਵਿੱਚ ਕੰਪਿਊਟਰ ਸਿਸਟਮ ਦੇ ਹਿੱਸਿਆਂ ਜਿਵੇਂ ਕਿ ਇਸ ਦਾ ਕੀਬੋਰਡ ਹਾਰਡ ਡਰਾਈਵ ਇਹਨਾਂ ਸਾਰੇ ਹੀ ਪਾਰਟਸ ਦੀ ਜੋ ਦੇਖਭਾਲ ਹੁੰਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਕੰਪਿਊਟਰ ਸਿਸਟਮ ਮੇਨਟੇਨੈਂਸ ਕੰਪਿਊਟਰ ਦੀ ਸਫਾਈ ਸਿਸਟਮ ਯੂਨਿਟ ਦੀ ਸਫਾਈ ਜਾਂ ਉਸ ਵਿੱਚ ਲੱਗੇ ਪੱਖਿਆਂ ਤੋਂ ਮਿੱਟੀ ਨੂੰ ਮੁਕਤ ਕਰਨਾ ਅਤੇ ਇਸ ਦੀਆਂ ਹਾਰਡ ਡਰਾਈਵਸ ਨੂੰ ਨਿਯਮਤ ਰੂਪ ਨਾਲ ਡੀਫਾਰਮੈਟ ਕਰਨਾ ਕੰਪਿਊਟਰ ਹਾਰਡਵੇਅਰ ਮੇਨਟੇਨੈਂਸ ਪ੍ਰੋਗਰਾਮ ਦੇ ਹਿੱਸੇ ਹਨ ਜਿੰਨੇ ਵੀ ਹਾਰਡਵੇਅਰ ਪਾਰਟਸ ਤੁਹਾਡੇ ਕੰਪਿਊਟਰ ਸਿਸਟਮ ਦੇ ਨਾਲ ਲੱਗੇ ਨੇ ਜਾਂ ਕੰਪਿਊਟਰ ਦੇ ਵਿੱਚ ਜੋ ਵੱਖ-ਵੱਖ ਤਰ੍ਹਾਂ ਦੇ ਸੌਫਟਵੇਅਰ ਨੇ ਜਿਹੜਨਾ ਦੀ ਵਰਤੋਂ ਤੁਹਾਡੇ ਕੰਪਿਊਟਰ ਨੂੰ ਮੇਨਟੇਨ ਕਰਨ ਲਈ ਕੀਤੀ ਜਾਂਦੀ ਹੈ ਉਹਨਾਂ ਸਾਰਿਆਂ ਦੇ ਨਾਲ ਕੰਮ ਕਰਨ ਨੂੰ ਅਸੀਂ ਬੋਲਦੇ ਹਾਂ ਕੰਪਿਊਟਰ ਸਿਸਟਮ ਮੇਨਟੇਨੈਂਸ ਅੱਗੇ ਸੀ ਗੱਲ ਕਰਦੇ ਹਾਂ ਕਿ ਪ੍ਰੀਵੈਂਟਿਵ ਮੇਨਟੇਨੈਂਸ ਤੋਂ ਕੀ ਭਾਵ ਹੈ ਪ੍ਰੀਵੈਂਟਿਵ ਮੇਨਟੇਨੈਂਸ ਨਿਯਮਿਤ ਆਧਾਰ ਤੇ ਹਾਰਡਵੇਅਰ ਦੀ ਜਾਂਚ ਕਰਕੇ ਇਹ ਸੁਨਿਸ਼ਚਿਤ ਕਰਨਾ ਹੁੰਦਾ ਹੈ ਕਿ ਕੰਪਿਊਟਰ ਸਿਸਟਮ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ ਜੇ ਅਸੀਂ ਆਪਣੇ ਕੰਪਿਊਟਰ ਸਿਸਟਮ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਤਾਂ ਇਹ ਕਦੀ ਵੀ ਕਰੈਸ਼ ਨਹੀਂ ਹੋਏਗਾ ਤੇ ਸਾਡਾ ਡਾਟਾ ਕਦੀ ਵੀ ਲਾਸ ਨਹੀਂ ਹੋਏਗਾ ਪ੍ਰੀਵੈਂਟਿਵ ਮੇਨਟੇਨੈਂਸ ਤੋਂ ਭਾਵ ਕਿ ਸਮੇਂ-ਸਮੇਂ ਬਾਅਦ ਹਰ ਟਾਈਮ ਟਾਈਮ ਤੇ ਤੁਸੀਂ ਆਪਣੇ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਅਤੇ ਸੌਫਟਵੇਅਰ ਦੀ ਜਾਂਚ ਜ਼ਰੂਰ ਕਰੋ ਤਾਂ ਜੋ ਇਸ ਦੇ ਖਰਾਬ ਹੋਣ ਦੇ ਜਿਹੜੇ ਚਾਂਸ ਆ ਉਹ ਘਟ ਜਾਣ ਜੇ ਤੁਸੀਂ ਲਗਾਤਾਰ ਇਸ ਦਾ ਧਿਆਨ ਰੱਖੋਗੇ ਤਾਂ ਇਹ ਜਲਦੀ ਖਰਾਬ ਨਹੀਂ ਹੋਵੇਗਾ ਬੇਸਿਕ ਸਾਨੂੰ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਨੇ ਪ੍ਰੀਵੈਂਟਿਵ ਮੇਨਟੇਨੈਂਸ ਦੇ ਵਿੱਚ ਜਿਵੇਂ ਕੇਸ ਨੂੰ ਸਾਫ਼ ਰੱਖੋ ਤੁਹਾਡਾ ਜੋ ਸੀਪੀਯੂ ਹੈ ਉਸ ਨੂੰ ਸਾਫ਼ ਰੱਖੋ ਉਸ ਉੱਪਰ ਕਿਸੇ ਵੀ ਕਿਸਮ ਦੀ ਡਸਟ ਨੂੰ ਨਾ ਪੈਣ ਦਿਓ ਮਾਊਸ ਦਾ ਰੱਖ-ਰਖਾਅ ਰੱਖੋ ਮਾਊਸ નીચે ਮਾਊਸ ਪੈਡ ਯੂਜ਼ ਕਰੋ ਕੀਬੋਰਡ ਦਾ ਰੱਖ-ਰਖਾਵ ਰੱਖੋ ਕੀਬੋਰਡ ਤੇ ਡਸਟ ਨਾ ਹੁੰਦੇ ਹੋ ਜਦੋਂ ਵੀ ਯੂਜ਼ ਨਹੀਂ ਤੁਸੀਂ ਕਰਦੇ ਕੀਬੋਰਡ ਨੂੰ ਤਾਂ ਉਸ ਨੂੰ ਚੰਗੇ ਤਰ੍ਹਾਂ ਟੱਕ ਦਿਓ ਤਾਂ ਜੋ ਉਸ ਦੀਆਂ ਕੀਜ਼ ਦੇ ਵਿੱਚ ਡਸਟ ਜਿਹੜੀ ਆ ਉਹ ਐਂਟਰ ਨਾ ਹੋ ਸਕੇ ਕੰਪਿਊਟਰ ਦੀ ਜੋ ਪਾਵਰ ਸਪਲਾਈ ਹੈ ਉਸ ਦਾ ਵੀ ਰੱਖ-ਰਖਾਵ ਰੱਖਣਾ ਤੁਹਾਡੇ ਮੋਨੀਟਰ ਦਾ ਰੱਖ-ਰਖਾਵ ਰੱਖਣਾ ਲਗਾਤਾਰ ਉਸ ਦੀ ਸਫਾਈ ਕਰਦੇ ਰਹੋ ਉਸ ਨੂੰ ਵੀ ਧਸਤੋਂ ਤੁਸੀਂ ਬਚਾ ਕੇ ਰੱਖੋ ਡੀਵੀਡੀ ਜਾਂ ਸੀਡੀ ਮੀਡੀਆ ਦਾ ਵੀ ਰੱਖ-ਰਖਾਵ ਰੱਖਣਾ ਇਹਨਾਂ ਸਾਰੀਆਂ ਹੀ ਚੀਜ਼ਾਂ ਜਿੰਨੇ ਵੀ ਹਾਰਡਵੇਅਰ ਤੁਹਾਡੇ ਸਿਸਟਮ ਦੇ ਨਾਲ ਲੱਗੇ ਹੁੰਦੇ ਨੇ ਜਦੋਂ ਅਸੀਂ ਸਾਰਿਆਂ ਦਾ ਰੱਖ-ਰਖਾਵ ਰੱਖਦੇ ਹਾਂ ਤਾਂ ਇਹਨਾਂ ਸਾਰਿਆਂ ਨੂੰ ਹੀ ਪ੍ਰੀਵੈਂਟਿਵ ਮੇਨਟੇਨੈਂਸ ਅਸੀਂ ਬੋਲਦੇ ਹਾਂ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਬੂਟਿੰਗ ਕੀ ਹੁੰਦੀ ਹੈ ਤੇ ਸੇਫ ਮੋਡ ਸਮੱਸਿਆਵਾਂ ਕੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਛੋਟ ਚ ਗੱਲ ਕਰਦੇ ਹਾਂ ਬੂਟਿੰਗ ਤੋਂ ਭਾਵ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਆਪਣੇ ਸਿਸਟਮ ਦਾ ਪਾਵਰ ਬਟਨ ਪ੍ਰੈਸ ਕਰਦੇ ਹੋ CPU ਤੋਂ ਤੁਸੀਂ ਜਦੋਂ ਵੀ ਪਾਵਰ ਬਟਨ ਪ੍ਰੈਸ ਕਰਦੇ ਹੋ ਤਾਂ ਤੁਹਾਡਾ ਕੰਪਿਊਟਰ ਸਿਸਟਮ ਹੌਲੀ-ਹੌਲੀ ਸਟਾਰਟ ਹੁੰਦਾ ਹੈ ਤੇ ਲਾਸਟ ਉੱਪਰ ਜੋ ਡੈਸਕਟਾਪ ਹੈ ਉਹ ਤੁਹਾਨੂੰ ਦਿਖਾਈ ਦੇਣ ਲੱਗ ਜਾਂਦਾ ਪਾਵਰ ਬਟਨ ਨੂੰ ਪ੍ਰੈਸ ਕਰਨ ਤੋਂ ਲੈ ਕੇ ਡੈਸਕਟਾਪ ਦੇ ਦਿਖਾਈ ਦੇਣ ਤੱਕ ਜਿੰਨੇ ਵੀ ਪ੍ਰੋਸੈਸ ਚੱਲਦੇ ਨੇ ਇਹ ਸਾਰੇ ਹੀ ਪ੍ਰੋਸੈਸਸ ਨੂੰ ਅਸੀਂ ਬੂਟਿੰਗ ਬੋਲਦੇ ਹਾਂ ਆਮ ਤੌਰ ਤੇ ਜਦੋਂ ኦਪਰੇਟਿੰਗ ਸਿਸਟਮ ਸ਼ੁਰੂ ਹੁੰਦਾ ਹੈ ਤਾਂ ਇਹ ਸਟਾਰਟਅਪ ਪ੍ਰੋਗਰਾਮ ਸ਼ੁਰੂ ਕਰਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਆਰੰਭ ਕਰਨ ਲਈ ਇਹ ਕਨਫਿਗਰ ਕੀਤੀਆਂ ਸਾਰੀਆਂ ਸੇਵਾਵਾਂ ਨੂੰ ਸ਼ੁਰੂ ਕਰਦਾ ਹੈ ਅਤੇ ਤੁਹਾਡੇ ਦੁਆਰਾ ਇੰਸਟਾਲ ਕੀਤੇ ਗਏ ਹਾਰਡਵੇਅ ਡਰਾਈਵ ਡਰਾਈਵਰਸ ਜਿੰਨੇ ਵੀ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਲੋਡ ਕਰਦਾ ਇਸ ਨੂੰ ਅਸੀਂ ਬੋਲਦੇ ਆ ਬੂਟਿੰਗ ਵਿੰਡੋ ਵਿੱਚ ਸੇਫ ਮੋਡ ਸਿਰਫ ਜ਼ਰੂਰੀ ਸਿਸਟਮ ਪ੍ਰੋਗਰਾਮ ਅਤੇ ਸਰਵਿਸਿਜ਼ ਨੂੰ ਬੂਟ ਹੋਣ ਅਤੇ ਸ਼ੁਰੂ ਕਰਨ ਦੀ ਆਗਿਆ ਦਿੰਦਾ ਹੈ ਸੇਫ ਮੋਡ ਸਾਡੇ ਕੰਪਿਊਟਰ ਨੂੰ ਮਿਨੀਮਮ ਡਰਾਈਵਰਸ ਦੇ ਸਮੂਹ ਨੂੰ ਸ਼ੁਰੂ ਕਰਦਾ ਹੈ ਵਿੰਡੋ ਸਧਾਰਨ ਵੀਡੀਓ ਡਰਾਈਵਰਸ ਨਾਲ ਇੱਕ ਬਹੁਤ ਘੱਟ ਸਕਰੀਨ ਰੈਜ਼ੋਲੂਸ਼ਨ ਦੀ ਵਰਤੋਂ ਕਰਦਾ ਹੈ ਤੇ ਸੇਫ ਮੋਡ ਵਿੱਚ ਜ਼ਿਆਦਾਤਰ ਜਿਹੜੇ ਹਾਰਡਵੇਅਰ ਸਰਵਿਸਿਜ਼ ਹੁੰਦੀਆਂ ਨੇ ਉਹਨਾਂ ਨੂੰ ਸ਼ੁਰੂ ਨਹੀਂ ਕੀਤਾ ਜਾਂਦਾ ਬੂਟਿੰਗ ਅਤੇ ਸੇਫ ਮੋਡ ਦੇ ਵਿੱਚ ਡਿਫਰੈਂਸ ਕੀ ਆ ਜਦੋਂ ਤੁਸੀਂ ਸਿਸਟਮ ਦਾ ਪਾਵਰ ਬਟਨ ਪ੍ਰੈਸ ਕਰਦੇ ਹੋ ਤਾਂ ਜਿੰਨੇ ਵੀ ਕੰਪਿਊਟਰ ਦੇ ਪ੍ਰੋਸੈਸਸ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੇ ኦਪਰੇਟਿੰਗ ਸਿਸਟਮ ਨੂੰ ਸਟਾਰਟ ਕਰਨਾ ਹੁੰਦਾ ਤੁਹਾਡੇ ਹਾਰਡਵੇਅਰਸ ਨੂੰ ਸਟਾਰਟ ਕਰਨਾ ਹੁੰਦਾ ਉਹ ਸਾਰੇ ਹੀ ਪ੍ਰੋਗਰਾਮ ਵਨ ਬਾਈ ਵਨ ਲੋਡ ਹੁੰਦੇ ਨੇ ਤੇ ਤੁਹਾਡਾ ਕੰਪਿਊਟਰ ਸਟਾਰਟ ਹੋ ਜਾਂਦਾ ਅਤੇ ਸੇਫ ਮੋਡ ਵਿੱਚ ਕੀ ਹੁੰਦਾ ਕਿ ਸੇਫ ਮੋਡ ਦੇ ਵਿੱਚ ਕੰਪਿਊਟਰ ਸਿਸਟਮ ਸਿਰਫ ਉਹਨਾਂ ਹੀ ਪ੍ਰੋਗਰਾਮਸ ਨੂੰ ਜਾਂ ਉਹਨਾਂ ਹੀ ਡਿਵਾਈਸ ਡਰਾਈਵਰਸ ਨੂੰ ਆਨ ਕਰੇਗਾ ਜਾਂ ਸਟਾਰਟ ਕਰੇਗਾ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਜਿਹੜੀਆਂ ਅਨਸੈਸਰੀ ਜਾਂ ਘਾਟਨ ਜ਼ਰੂਰੀ ਡਰਾਈਵਰਸ ਨੇ ਜਾਂ ਸੌਫਟਵੇਅਰ ਨੇ ਉਹਨਾਂ ਨੂੰ ਸ਼ੁਰੂ ਨਹੀਂ ਕੀਤਾ ਜਾਂਦਾ ਬੂਟਿੰਗ ਅਤੇ ਸੇਫ ਮੋਡ ਦੇ ਵਿੱਚ ਸਿਰਫ ਇਹੀ ਇੱਕ ਡਿਫਰੈਂਸ ਹੁੰਦਾ ਸੇਫ ਮੋਡ ਨੂੰ ਸੀਟਾਰਟ ਕਿਵੇਂ ਕਰਦੇ ਆਂ ਅਗਰ ਤੁਸੀਂ ਵਿੰਡੋ 7 ਜਾਂ ਵਿੰਡੋ 7 ਤੋਂ ਪੁਰਾਣਾ ਕੋਈ ਵੀ ਆਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹੋ ਤਾਂ ਉਸ ਵਿੱਚ ਸੇਫ ਮੋਡ ਨੂੰ ਸ਼ੁਰੂ ਕਰਨ ਲਈ ਕੰਪਿਊਟਰ ਦਾ ਜਦੋਂ ਤੁਸੀਂ ਪਾਵਰ ਬਟਨ ਪ੍ਰੈਸ ਕਰਦੇ ਹੋ ਤਾਂ ਉਸ ਨਾਲ ਆਪਣੇ ਕੀਬੋਰਡ ਤੋਂ F8 ਕੀ ਨੂੰ ਦਬਾਓ ਅਤੇ ਫਿਰ ਤੁਹਾਡੇ ਸਾਹਮਣੇ ਕੁਝ ਮੈਨੂਜ਼ ਦਿਖਾਈ ਦੇਣੇ ਲੱਗ ਜਾਣਗੇ ਉਹਨਾਂ ਵਿੱਚ ਤੁਹਾਨੂੰ ਇੱਕ ਮੈਨੂ ਦਿਖਾਈ ਦੇਗਾ ਸੇਫ ਮੋਡ ਤੁਸੀਂ ਉੱਤੇ ਕਲਿੱਕ ਕਰੋਗੇ ਤਾਂ ਤੁਹਾਡਾ ਜੋ ਸਿਸਟਮ ਹੈ ਉਹ ਸੇਫ ਮੋਡ ਵਿੱਚ ਓਪਨ ਹੋ ਜਾਵੇਗਾ ਸੇਫ ਮੋਡ ਅਸੀਂ ਕਿਉਂ ਓਪਨ ਕਰਦੇ ਹਾਂ ਸੇਫ ਮੋਡ ਨੂੰ ਓਪਨ ਕਰਨ ਦਾ ਮੇਨ ਰੀਜ਼ਨ ਕੀ ਹੈ ਕਿ ਕਿਸੇ ਟਾਈਮ ਤੇ ਸਾਡੇ ਕੰਪਿਊਟਰ ਦੇ ਵਿੱਚ ਕੁਝ ਪ੍ਰੋਬਲਮਸ ਸਾਨੂੰ ਦਿਖਾਈ ਦਿੰਦੀਆਂ ਨੇ ਜਿਵੇਂ ਕੰਪਿਊਟਰ ਦਾ ਸਲੋ ਹੋ ਜਾਣਾ ਜਾਂ ਹੋਰ ਕਈ ਤਾਂ ਦੇ ਜਿਹੜੇ ਪ੍ਰੋਸੈਸਰ ਪ੍ਰੋਸੈਸ ਚੱਲ ਰਹੇ ਹੁੰਦੇ ਨੇ ਉਹਨਾਂ ਦਾ ਕੰਮ ਨਾ ਕਰਨਾ ਤਾਂ ਇਸ ਲਈ ਅਸੀਂ ਸੇਫ ਮੋਡ ਦੇ ਵਿੱਚ ਆਪਣੇ ਕੰਪਿਊਟਰ ਨੂੰ ਓਪਨ ਕਰਕੇ ਉਹਨਾਂ ਪ੍ਰੋਬਲਮ ਨੂੰ ਫਾਈਂਡ ਆਊਟ ਕਰਕੇ ਉਹਨਾਂ ਨੂੰ ਫਿਕਸ ਕਰਦੇ ਹਾਂ ਕਿਹੜੇ-ਕਿਹੜੇ ਪ੍ਰੋਬਲਮ ਅਤੇ ਕਿਵੇਂ ਉਹਨਾਂ ਨੂੰ ਫਿਕਸ ਕਰਦੇ ਹਾਂ ਜਿਵੇਂ ਸਿਸਟਮ ਰੀਸਟੋਰ ਕਰਨਾ ਕੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਜਾਂ ਤੁਹਾਡੇ ኦਪਰੇਟਿੰਗ ਸਿਸਟਮ ਦੇ ਵਿੱਚ ਕੁਝ ਕੁਝ 에ਰਰਸ ਆ ਗਈਆਂ ਨੇ ਤਾਂ ਤੁਸੀਂ ਆਪਣੇ ਕੰਪਿਊਟਰ ਸਿਸਟਮ ਨੂੰ ਰੀਸਟੋਰ ਕਰ ਸਕਦੇ ਹੋ ਰੀਸਟੋਰ ਕੀ ਹੁੰਦਾ ਕੀ ਤੁਹਾਡਾ ਕੰਪਿਊਟਰ ਸਿਸਟਮ ਆਟੋਮੈਟਿਕਲੀ ਕੁਝ ਚੈੱਕ ਪੁਆਇੰਟਸ ਡਿਫਾਈਨ ਕਰਦਾ ਜਾਂਦਾ ਜਿਉਂ ਜਿਉਂ ਤੁਸੀਂ ਡੇ ਬਾਈ ਡੇ ਕੰਪਿਊਟਰ ਨੂੰ ਯੂਜ਼ ਕਰਦੇ ਹੋ ਫੋਰ ਐਗਜ਼ਾਮਪਲ ਤੁਹਾਡੇ ਕੰਪਿਊਟਰ ਸਿਸਟਮ ਨੇ 6 ਤਰੀਕ ਨੂੰ ਇੱਕ ਚੈੱਕ ਪੁਆਇੰਟ ਡਿਫਾਈਨ ਕੀਤਾ ਸੀ ਆਟੋਮੈਟਿਕਲੀ ਅਤੇ 12 ਤਰੀਕ ਨੂੰ ਤੁਹਾਡੇ ਕੰਪਿਊਟਰ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਕੋਈ ਸੌਫਟਵੇਅਰ ਕਰੈਸ਼ ਹੋ ਗਿਆ ਤਾਂ ਤੁਸੀਂ ਸੇਫ ਮੋਡ ਦੇ ਵਿੱਚ ਆਪਣੇ ਕੰਪਿਊਟਰ ਨੂੰ ਚਲਾ ਕੇ ਉਸ ਪੁਰਾਣੇ ਜੋ ਵਿੰਡੋ ਨੇ ਇੱਕ ਰੀਸਟੋਰ ਪੁਆਇੰਟ ਕੀਤਾ ਸੀ ਉਸ ਨੂੰ ਤੁਸੀਂ ਦੁਬਾਰਾ ਐਕਟੀਵੇਟ ਕਰ ਸਕਦੇ ਹੋ ਅਤੇ ਤੁਹਾਡਾ ਜੋ ਸਿਸਟਮ ਦੀਆਂ ਜਿੰਨੀਆਂ ਵੀ ਸੈਟਿੰਗਸ ਹੋਣਗੀਆਂ ਉਸ ਚੈੱਕ ਪੁਆਇੰਟ ਦੇ ਅਕੋਰਡਿੰਗ ਹੋ ਜਾਣਗੀਆਂ ਦੂਸਰਾ ਕੀ ਹੈ ਕਿ ਸੇਫ ਮੋਡ ਦੇ ਵਿੱਚ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਸਿਸਟਮ ਸਲੋ ਚੱਲ ਰਿਹਾ ਜਾਂ ਕੁਝ ਪ੍ਰੋਸੈਸਸ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਤੁਸੀਂ ਰੀਸੈਂਟਲੀ ਜਿਹੜੇ ਕੋਈ ਸੌਫਟਵੇਅਰ ਇੰਸਟਾਲ ਕੀਤੇ ਨੇ ਤੁਸੀਂ ਉਹਨਾਂ ਨੂੰ ਅਨਇੰਸਟਾਲ ਕਰ ਦਿਓ। ਐਗਜ਼ਾਮਪਲ ਤੁਸੀਂ ਕੋਈ ਐਂਟੀਵਾਇਰਸ ਜਿਹੜਾ ਆ ਉਹ ਤੁਸੀਂ ਰੀਸੈਂਟਲੀ ਅੱਜ ਜਾਂ ਕੱਲ ਯੂਜ਼ ਕੀਤਾ ਆ ਤੁਸੀਂ ਉਹਨੂੰ ਇੰਸਟਾਲ ਕੀਤਾ ਆ ਉਸ ਤੋਂ ਬਾਅਦ ਤੁਹਾਨੂੰ ਕੋਈ ਪ੍ਰੋਬਲਮ ਆ ਰਹੀਆਂ ਨੇ ਤਾਂ ਤੁਸੀਂ ਸੇਫ ਮੋਡ ਦੇ ਵਿੱਚ ਓਨ ਕਰਕੇ ਉਸ ਨੂੰ ਅਨਇੰਸਟਾਲ ਕਰ ਸਕਦੇ ਹੋ ਜਾਂ ਤੁਸੀਂ ਅਗਰ ਤੁਹਾਡਾ ਕੋਈ ਹਾਰਡਵੇਅਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਸੇਫ ਮੋਡ ਦੇ ਵਿੱਚ ਆਪਣੇ ਸਿਸਟਮ ਨੂੰ ਔਨ ਕਰਕੇ ਆਪਣੇ ਜਿੰਨੇ ਵੀ ਹਾਰਡਵੇਅਰ ਨੇ ਉਹਨਾਂ ਦੇ ਡਰਾਈਵਰਸ ਨੂੰ ਅਪਡੇਟ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਸੀਡੀ ਹੈ ਤਾਂ ਤੁਸੀਂ ਉਸ ਤੋਂ ਕਰ ਸਕਦੇ ਹੋ ਆਦਰਵਾਈਜ਼ ਤੁਸੀਂ ਇੰਟਰਨੈਟ ਚਲਾ ਕੇ ਵੀ ਉਸ ਤੋਂ ਆਪਣੇ ਹਾਰਡਵੇਅਰ ਦੇ ਡਰਾਈਵਰਸ ਨੂੰ ਅਪਡੇਟ ਕਰ ਸਕਦੇ ਹੋ ਸੋ ਇਹ ਕੁਝ ਕੰਮ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਸੇਫ ਮੋਡ ਦੇ ਵਿੱਚ ਆਪਣੇ ਸਿਸਟਮ ਦੇ ਵਿੱਚ ਜੋ ਕੁਝ ਪ੍ਰੋਬਲਮਸ ਆਈਆਂ ਨੇ ਤੁਸੀਂ ਉਹਨਾਂ ਨੂੰ ਫਿਕਸ ਕਰ ਸਕਦੇ ਹੋ ਅਗੇ ਅਸੀਂ ਗੱਲ ਕਰਦੇ ਹਾਂ ਕਿ ਪਲੱਗ ਐਂਡ ਪਲੇ ਹਾਰਡਵੇਅਰ ਇੰਸਟਾਲੇਸ਼ਨ ਕੀ ਹੁੰਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੁਝ ਇਸ ਤਰ੍ਹਾਂ ਦੇ ਹਾਰਡਵੇਅਰ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਸਿਰਫ ਐਡ ਕਰ ਦਿਓ ਆਪਣੇ ਸਿਸਟਮ ਦੇ ਨਾਲ ਆਟੋਮੈਟਿਕਲੀ ਉਹ ਚੱਲਨੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਕਿਸੇ ਵੀ ਐਕਸਟਰਾ ਡਰਾਈਵਰ ਦੀ ਲੋਡ ਨਹੀਂ ਪੈਂਦੀ ਉਹਨਾਂ ਨੂੰ ਅਸੀਂ ਬੋਲਦੇ ਹਾਂ ਪਲੱਗ ਐਂਡ ਪਲੇ ਹਾਰਡਵੇਅਰ ਪਲੱਗ ਐਂਡ ਪਲੇ ਨੂੰ ਕਈ ਵਾਰ ਸੰਖੇਪ ਰੂਪ ਵਿੱਚ ਅਸੀਂ ਪੀ ਐਨ ਪੀ ਪਲੱਗ ਐਂਡ ਪਲੇ ਵੀ ਕਿਹਾ ਜਾਂਦਾ ਹੈ ਇਸ ਸ਼ਬਦ ਨੂੰ ਇਹ ਵਰਣਨ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਕੋਈ ਉਪਕਰਣ ਕੰਪਿਊਟਰ ਸਿਸਟਮ ਨਾਲ ਜੋੜਿਆ ਜਾਂਦਾ ਹੈ ਤਾਂ ਇਹ जोडਦੇ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਯੂਜ਼ਰ ਨੂੰ ਡਿਵਾਈਸਿਸ ਲਈ ਮੈਨੂਅਲ ਕੋਈ ਵੀ ਡਰਾਈਵਰ ਨੂੰ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ ਇਸ ਦੀ ਬਜਾਏ ਕੰਪਿਊਟਰ ਆਪਣੇ ਆਪ ਹੀ ਡਿਵਾਈਸ ਦੀ ਪਛਾਣ ਕਰ ਲੈਂਦਾ ਹੈ ਅਤੇ ਲੋੜ ਪੈਣ ਤੇ ਹਾਰਡਵੇਅਰ ਲਈ ਨਵੇਂ ਡਰਾਈਵਰ ਨੂੰ ਲੋਡ ਕਰਦਾ ਹੈ ਤੇ ਨਵੇਂ ਜੁੜੇ ਉਪਕਰਣ ਨਾਲ ਕੰਮ ਕਰਨਾ ਆਰੰਭ ਕਰ ਦਿੰਦਾ ਹੈ ਉਦਾਹਰਨ ਦੇ ਤੌਰ ਤੇ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਨਾਲ ਤੁਸੀਂ ਆਪਣਾ ਕੋਈ ਮਾਊਸ ਜਾਂ ਕੀਬੋਰਡ ਐਡ ਕਰਦੇ ਹੋ ਤਾਂ ਕੀਬੋਰਡ ਜਾਂ ਮਾਊਸ ਉਸੇ ਹੀ ਸਮੇਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਇਸ ਤਰ੍ਹਾਂ ਦੇ ਹਾਰਡਵੇਅਰ ਨੂੰ ਜਾਂ ਇਸ ਤਰ੍ਹਾਂ ਦੀਆਂ ਡਿਵਾਈਸਿਜ਼ ਨੂੰ ਅਸੀਂ ਪਲੱਗ ਐਂਡ ਪਲੇ ਹਾਰਡਵੇਅਰ ਡਿਵਾਈਸਿਜ਼ ਬੋਲਦੇ ਹਾਂ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਕੰਪਿਊਟਰ ਸਿਸਟਮ ਦੇ ਵਿੱਚ ਕਈ ਪ੍ਰਕਾਰ ਦੀਆਂ ਪੋਰਟਸ ਹੁੰਦੀਆਂ ਨੇ ਜਿਨ੍ਹਾਂ ਦਾ ਕੰਮ ਕੀ ਹੈ ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰ ਜਿੰਨੇ ਵੀ ਉਪਕਰਨ ਨੇ ਉਹਨਾਂ ਨੂੰ ਤੁਹਾਡੇ CPU ਦੇ ਨਾਲ ਅਟੈਚ ਕਰਨਾ ਕੰਪਿਊਟਰ ਹਾਰਡਵੇਅਰ ਵਿੱਚ ਇੱਕ ਪੋਰਟ ਕੰਪਿਊਟਰ ਅਤੇ ਹੋਰ ਕੰਪਿਊਟਰ ਜਾਂ ਪੈਰੀਫਰਲ ਜਿੰਨੇ ਵੀ ਉਪਕਰਨ ਹੁੰਦੇ ਨੇ ਉਹਨਾਂ ਵਿੱਚਕਾਰ ਇੱਕ ਇੰਟਰਫੇਸ ਦੇ ਵਜੋਂ ਕੰਮ ਕਰਦਾ ਹੈ ਕੰਪਿਊਟਰ ਪੋਰਟ ਦੇ ਬਹੁਤ ਸਾਰੇ ਉਪਯੋਗ ਹੁੰਦੇ ਹਨ ਜਿਵੇਂ ਕਿ ਇੱਕ ਮੋਨੀਟਰ ਵੈਬਕੈਮ ਸਪੀਕਰ ਜਾਂ ਹੋਰ ਜਿੰਨੇ ਵੀ ਉਪਕਰਨ ਹੁੰਦੇ ਨੇ ਉਹਨਾਂ ਨੂੰ ਜੋੜਨਾ ਇਸ ਲਈ ਇੱਕ ਪੋਰਟ ਇੱਕ ਫਿਜ਼ੀਕਲ ਡੌਕਿੰਗ ਪੁਆਇੰਟ ਹੈ ਜਿਸ ਦੀ ਵਰਤੋਂ ਕਰਦੇ ਆ ਇੱਕ ਬਾਹਰੀ ਉਪਕਰਣ ਨੂੰ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ ਕੁਝ ਮਹੱਤਵਪੂਰਨ ਜਿਹੜੀਆਂ ਪੋਰਟਸ ਨੇ ਜੋ ਤੁਹਾਡੇ ਲੈਪਟਾਪ ਜਾਂ ਸੀਪੀਯੂ ਦੀ ਬੈਕ ਸਾਈਡ ਤੇ ਲੱਗੀਆਂ ਹੁੰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਅਗਰ ਅਸੀਂ ਇਹਨਾਂ ਦੋ ਪੋਰਟਸ ਦੀ ਗੱਲ ਕਰਦੇ ਆ ਤਾਂ ਇਹਨਾਂ ਨੂੰ ਪੀਐਸ 2 ਪੋਰਟਸ ਕਿਹਾ ਜਾਂਦਾ ਹੈ ਇਹਨਾਂ ਦੀ ਵਰਤੋਂ ਕੀਬੋਰਡ ਅਤੇ ਮਾਊਸ ਨੂੰ ਤੁਹਾਡੇ ਸਿਸਟਮ ਨਾਲ ਅਟੈਚ ਕਰਨ ਲਈ ਕੀਤੀ ਜਾਂਦੀ ਹੈ ਅਗਿਆ ਸੀਰੀਅਲ ਪੋਰਟ ਹੁੰਦੀ ਹੈ ਸੀਰੀਅਲ ਪੋਰਟ ਦੇ ਵਿੱਚ ਤੁਸੀਂ ਪ੍ਰਿੰਟਰ ਜਾਂ ਪ੍ਰਿੰਟਰ ਵਰਗੀਆਂ ਜਿੰਨੀਆਂ ਵੀ ਹੋਰ ਡਿਵਾਈਸਸ ਨੇ ਉਹਨਾਂ ਨੂੰ ਤੁਸੀਂ ਐਡ ਕਰ ਸਕਦੇ ਹੋ ਅੱਗੇ VGA ਪੋਰਟ ਹੁੰਦੀ ਹੈ ਜਿਸ ਨਾਲ ਤੁਸੀਂ ਆਪਣੀ ਮੋਨੀਟਰ ਸਕਰੀਨ ਨੂੰ ਐਡ ਕਰ ਸਕਦੇ ਹੋ ਕੁਝ ਸਾਡੇ ਕੋਲ USB ਪੋਰਟਸ ਹੁੰਦੀਆਂ ਨੇ ਜਾਂ ਕੁਝ HDMI ਪੋਰਟਸ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੇ USB ਡਿਵਾਈਸਸ ਅਟੈਚ ਕਰ ਸਕਦੇ ਹਾਂ ਇੱਕ RJ45 ਨੈੱਟਵਰਕ ਜਾਂ ਇੰਟਰਨੈਟ ਪੋਰਟ ਹੁੰਦੀ ਹੈ ਜਿਸ ਵਿੱਚ ਤੁਸੀਂ ਇੰਟਰਨੈਟ ਦੇ ਕਨੈਕਸ਼ਨ ਲਈ ਜੋ ਤੁਹਾਡੀ ਨੈਟਵਰਕ ਲਾਈਨ ਹੈ ਤੁਸੀਂ ਇਸ ਨੂੰ ਐਡ ਕਰ ਸਕਦੇ ਹੋ ਅਤੇ ਕੁਝ ਪੋਰਟਸ ਹੁੰਦੀਆਂ ਨੇ ਜਿਨ੍ਹਾਂ ਦੀ ਵਰਤੋਂ ਤੁਹਾਡੇ ਸਪੀਕਰ ਦੀ ਕਨੈਕਟੀਵਿਟੀ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਲਾਈਨ ਇਨ ਲਾਈਨ ਆਊਟ ਅਤੇ ਮਾਈਕ ਇਨ ਦੀ ਇਹ ਕੁਝ ਤਰ੍ਹਾਂ ਦੀਆਂ ਪੋਰਟਸ ਹੁੰਦੀਆਂ ਨੇ ਜਿਹੜੀਆਂ CPU ਦੇ ਬੈਕ ਸਾਈਡ ਤੇ ਸਾਨੂੰ ਮਿਲਦੀਆਂ ਨੇ ਅਗਰ ਅਸੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿੰਨੇ ਵੀ ਲੈਪਟਾਪ ਨਵੇਂ ਆ ਰਹੇ ਨੇ ਤਾਂ ਇਹਨਾਂ ਵਿੱਚੋਂ ਕਾਫੀ ਪੋਰਟਸ ਜਿਹੜੀਆਂ ਨੇ ਬੰਦ ਹੋ ਚੁੱਕੀਆਂ ਨੇ ਅਤੇ ਕੁਝ ਨਵੀਆਂ ਜਿਵੇਂ C ਟਾਈਪ ਪੋਰਟ ਜਾਂ ਹੋਰ ਕਈ ਤਰ੍ਹਾਂ ਦੀਆਂ ਪੋਰਟਸ ਨੇ ਉਹ ਐਡ ਹੋ ਗਈਆਂ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰ ਨੂੰ ਆਪਣੇ ਕੰਪਿਊਟਰ ਨਾਲ ਐਡ ਕਰ ਸਕਦੇ ਹਾਂ ਅੱਗੇ ਗੱਲ ਕਰਦੇ ਹਾਂ ਕਿ ਵਿੰਡੋ ਆਪਰੇਟਿੰਗ ਸਿਸਟਮ ਨਾਲ ਕੰਮ ਕਰਨਾ ਆਪਰੇਟਿੰਗ ਸਿਸਟਮ ਬੇਸਿਕਲੀ ਹੁੰਦਾ ਕੀ ਹੈ ਇੱਕ ਆਪਰੇਟਿੰਗ ਸਿਸਟਮ ਇੱਕ ਸੌਫਟਵੇਅਰ ਹੈ ਜੋ ਇੱਕ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਦੇ ਵਜੋਂ ਕੰਮ ਕਰਦਾ ਹੈ ਦੂਜੇ ਪ੍ਰੋਗਰਾਮਸ ਨੂੰ ਚਲਾਉਣ ਲਈ ਹਰੇਕ ਕੰਪਿਊਟਰ ਦੇ ਕੋਲ ਘੱਟੋ-ਘੱਟ ਇੱਕ ਆਪਰੇਟਿੰਗ ਸਿਸਟਮ ਦਾ ਹੋਣਾ ਜ਼ਰੂਰੀ ਹੈ Chrome, MS Word, games ਜਾਂ ਹੋਰ ਜਿੰਨੇ ਤਰ੍ਹਾਂ ਦੇ ਵੀ ਐਪਲੀਕੇਸ਼ਨ ਸੌਫਟਵੇਅਰ ਨੇ ਉਹਨਾਂ ਲਈ ኦਪਰੇਟਿੰਗ ਸਿਸਟਮ ਦਾ ਹੋਣਾ ਬਹੁਤ ਜ਼ਰੂਰੀ ਹੈ। ኦਪਰੇਟਿੰਗ ਸਿਸਟਮ ਕੰਪਿਊਟਰ ਦੀ ਭਾਸ਼ਾ ਸਿੱਖੇ ਬਿਨਾ ਕੰਪਿਊਟਰ ਹਾਰਡਵੇਅਰ ਨਾਲ ਸੰਚਾਰ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਯੂਜ਼ਰਸ ਲਈ ਕੋਈ ਵੀ ਕੰਪਿਊਟਰ ਜਾਂ ਮੋਬਾਈਲ ਉਪਕਰਣ ਜਿਸ ਵਿੱਚ ኦਪਰੇਟਿੰਗ ਸਿਸਟਮ ਇੰਸਟਾਲ ਨਹੀਂ ਹੈ, ਉਸ ਦੀ ਵਰਤੋਂ ਕਰਨਾ ਸੰਭਵ ਨਹੀਂ ਹੈ। ਅਗਰ ਸਾਡੇ ਕੰਪਿਊਟਰ ਸਿਸਟਮ ਦੇ ਵਿੱਚ ਓਪਰੇਟਿੰਗ ਸਿਸਟਮ ਨਹੀਂ ਹੈਗਾ ਤਾਂ ਅਸੀਂ ਨਾ ਤਾਂ ਆਪਣੇ ਕੰਪਿਊਟਰ ਨੂੰ ਸਟਾਰਟ ਕਰ ਸਕਦੇ ਹਾਂ ਤੇ ਨਾ ਹੀ ਉਹਦੇ ਵਿੱਚ ਕਿਸੇ ਕਿਸਮ ਦਾ ਵੀ ਐਪਲੀਕੇਸ਼ਨ ਸੌਫਟਵੇਅਰ ਯੂਜ਼ ਕਰ ਸਕਦੇ ਹਾਂ ਓਪਰੇਟਿੰਗ ਸਿਸਟਮ ਨੂੰ ਅਸੀਂ ਸਿਸਟਮ ਸੌਫਟਵੇਅਰ ਬੋਲਦੇ ਹਾਂ ਅਤੇ ਐਪਲੀਕੇਸ਼ਨ ਸੌਫਟਵੇਅਰ ਜਿਹੜੇ ਹੁੰਦੇ ਨੇ ਉਹ ਤੁਹਾਡੀ ਲੋੜ ਦੇ ਅਨੁਸਾਰ ਹੁੰਦੇ ਨੇ ਜਿੰਨਾ ਦੀ ਵਰਤੋਂ ਤੁਸੀਂ ਆਪਣੇ ਕੰਮ ਦੇ ਅਕੋਰਡਿੰਗ ਕਰਦੇ ਹੋ ਤੁਹਾਡਾ ਜਿਵੇਂ ਦਾ ਵੀ ਕੰਮ ਹੋਏਗਾ ਤੁਸੀਂ ਉਸ ਤਰ੍ਹਾਂ ਦੇ ਹੀ ਸੌਫਟਵੇਅਰ ਨੂੰ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰੋਗੇ ਇੱਕ ਛੋਟੀ ਜੀ ਐਗਜ਼ੈਂਪਲ ਦੀ ਅਸੀਂ ਗੱਲ ਕਰਦੇ ਹਾਂ ਮੰਨ ਲਓ ਤੁਹਾਡੇ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਆ ਤੇ ਵੱਖ-ਵੱਖ ਸਬਜੈਕਟਸ ਦੇ ਟੀਚਰ ਨੇ ਪ੍ਰਿੰਸੀਪਲ ਇੱਕ ኦਪਰੇਟਿੰਗ ਸਿਸਟਮ ਦੇ ਵਾਂਗ ਹੈ ਜਿਸਦਾ ਕੰਮ ਕੀ ਹੈ ਤੁਹਾਡੇ ਪੂਰੇ ਸਕੂਲ ਨੂੰ ਮੈਨੇਜ ਕਰਨਾ ਬੱਚਿਆਂ ਨੂੰ ਮੈਨੇਜ ਕਰਨਾ ਟੀਚਰਸ ਨੂੰ ਮੈਨੇਜ ਕਰਨਾ ਸਕੂਲ ਦਾ ਜੋ ਇਨਫਰਾਸਟ੍ਰਕਚਰ ਹੈ ਉਸ ਨੂੰ ਮੈਨੇਜ ਕਰਨਾ ਕਿਸੇ ਦੀ ਕੋਈ ਪ੍ਰੋਬਲਮ ਹੈ ਉਸ ਨੂੰ ਸੌਲਟ ਆਊਟ ਕਰਨਾ ਜਨਕਿ ਹਰ ਤਰ੍ਹਾਂ ਦਾ ਮੈਨੇਜਮੈਂਟ ਦਾ ਕੰਮ ਪ੍ਰਿੰਸੀਪਲ ਨੇ ਕਰਨਾ ਹੁੰਦਾ ਹੈ ਉਸੀ ਤਰ੍ਹਾਂ ਜਿਹੜੇ ਸਬਜੈਕਟ ਟੀਚਰ ਹੁੰਦੇ ਨੇ ਉਹ ਇੱਕ ਐਪਲੀਕੇਸ਼ਨ ਸੌਫਟਵੇਅਰ ਦੇ ਵਾਂਗ ਹੁੰਦੇ ਨੇ ਹਰ ਟੀਚਰ ਦਾ ਇੱਕ ਆਪਣਾ ਸਬਜੈਕਟ ਹੋਏਗਾ ਉਸੇ ਤਰ੍ਹਾਂ ਹਰ ਐਪਲੀਕੇਸ਼ਨ ਸੌਫਟਵੇਅਰ ਦਾ ਆਪਣਾ ਇੱਕ ਖਾਸ ਕੰਮ ਹੁੰਦਾ ਜਿਸ ਲਈ ਉਸ ਨੂੰ ਅਸੀਂ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰਦੇ ਹਾਂ ਜਿਵੇਂ ਅਗਰ ਕਿਸੇ ਵਿਅਕਤੀ ਦਾ ਕੰਮ ਇੱਕ ਫੋਟੋ ਸਟੂਡੀਓ ਦਾ ਹੈ ਤਾਂ ਉਹ ਆਪਣੇ ਕੰਪਿਊਟਰ ਦੇ ਵਿੱਚ ਸਿਰਫ ਫੋਟੋਜ਼ ਨਾਲ ਰਿਲੇਟਡ ਹੀ ਸੌਫਟਵੇਅਰ ਨੂੰ ਇੰਸਟਾਲ ਕਰੇਗਾ ਪਰ ਉਹਦੇ ਕੋਲ ኦਪਰੇਟਿੰਗ ਸਿਸਟਮ ਜ਼ਰੂਰ ਹੋਏਗਾ ਕੋਈ ਵਿਅਕਤੀ ਕਿਸੇ ਦੁਕਾਨ ਦਾ ਕੰਮ ਕਰਦਾ ਹੈ ਉਹ ਆਪਣਾ ਕਾਰੋਬਾਰ ਨਾਲ ਸੰਬੰਧਿਤ ਜੋ ਵੀ ਡਾਟਾ ਹੈ ਕੰਪਿਊਟਰ 'ਚ ਸੇਵ ਕਰਕੇ ਰੱਖਣਾ ਚਾਹੁੰਦਾ ਹੈ ਤਾਂ ਉਹ MS Word ਜਾਂ Excel ਵਰਗੇ ਐਪਲੀਕੇਸ਼ਨ ਸੌਫਟਵੇਅਰ ਨੂੰ ਇੰਸਟਾਲ ਕਰੇਗਾ ਉਸ ਕੋਲ ਭਾਵੇਂ ਫੋਟੋਸ਼ਾਪ ਹੋਵੇ ਜਾਂ ਨਾ ਹੋਵੇ ਪਰ ਉਹਦੇ ਕੋਲ ኦਪਰੇਟਿੰਗ ਸਿਸਟਮ ਜ਼ਰੂਰ ਹੋਏਗਾ ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਵਿਅਕਤੀ ਦੀ ਜਿਸ ਪ੍ਰਕਾਰ ਦੀ ਵੀ ਲੋੜ ਹੈ ਉਹ ਆਪਣੇ ਕੰਪਿਊਟਰ ਦੇ ਵਿੱਚ ਉਸ ਲੋਡ ਦੇ ਅਨੁਸਾਰ ਸੌਫਟਵੇਅਰ ਰੱਖਦਾ ਹੈ ਪਰ ਉਸ ਨੂੰ ਆਪਣੇ ਕੰਪਿਊਟਰ ਦੇ ਵਿੱਚ ኦਪਰੇਟਿੰਗ ਸਿਸਟਮ ਨੂੰ ਜ਼ਰੂਰ ਇੰਸਟਾਲ ਕਰਨਾ ਪਏਗਾ ਵਿਦਆਊਟ ኦਪਰੇਟਿੰਗ ਸਿਸਟਮ ਅਸੀਂ ਕੋਈ ਵੀ ਐਪਲੀਕੇਸ਼ਨ ਸੌਫਟਵੇਅਰ ਆਪਣੇ ਸਿਸਟਮ ਵਿੱਚ ਨਹੀਂ ਚਲਾ ਸਕਦੇ ਅੱਗੇ ਸੀ ਗੱਲ ਕਰਦੇ ਹਾਂ ਥਿਨ ਕਲਾਈਂਟ ਟੈਕਨੋਲੋਜੀ ਕੀ ਹੁੰਦੀ ਹੈ ਥਿਨ ਕਲਾਈਂਟ ਇੱਕ ਅਜਿਹਾ ਕੰਪਿਊਟਰ ਹੁੰਦਾ ਹੈ ਜੋ ਕਿਸੇ ਸਰਵਰ ਦੇ ਨਾਲ ਜੁੜ ਕੇ ਰਿਮੋਟਲੀ ਕੰਮ ਕਰਦਾ ਹੈ ਅਤੇ ਸਰਵਰ ਵਿੱਚ ਸਾਰਾ ਜ਼ਰੂਰੀ ਸੰਵੇਦਨਸ਼ੀਲ ਡਾਟਾ ਜਾਂ ਜ਼ਰੂਰੀ ਸੌਫਟਵੇਅਰ ਜਿੰਨੇ ਵੀ ਹੁੰਦੇ ਨੇ ਉਹ ਸਾਰੇ ਹੀ ਸਰਵਰ ਵਿੱਚ ਇੰਸਟਾਲ ਕੀਤੇ ਗਏ ਹੁੰਦੇ ਹਨ ਤਾਂ ਜੋ ਜਿੰਨਾ ਵੀ ਸਾਡਾ ਸੰਵੇਦਨਸ਼ੀਲ ਡਾਟਾ ਆ ਜਾਂ ਜਿੰਨੇ ਵੀ ਸਾਡੇ ਸੌਫਟਵੇਅਰ ਨੇ ਉਹਨਾਂ ਤੱਕ ਕਿਸੇ ਵੀ ਅਨਅਧਿਕਾਰਿਤ ਪਹੁੰਚ ਨੂੰ ਰੋਕਿਆ ਜਾ ਸਕੇ ਇਸ ਨੂੰ ਅਸੀਂ ਬੋਲਦੇ ਹਾਂ ਥਿੰਕ ਕਲਾਈਂਟ ਟੈਕਨੋਲੋਜੀ ਅੱਗੇ ਇਸ ਹੀ ਗੱਲ ਕਰਦੇ ਹਾਂ ਕੰਟਰੋਲ ਪੈਨਲ ਕੀ ਹੁੰਦਾ ਜਿਵੇਂ ਇਸ ਦੇ ਨਾਮ ਤੋਂ ਹੀ ਕਲੀਅਰ ਹੁੰਦਾ ਕਿ ਕੋਈ ਤੁਹਾਡੇ ਸਿਸਟਮ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਗ੍ਹਾ ਜਿਹੜੀ ਤੁਹਾਡੇ ਪੂਰੇ ਸਿਸਟਮ ਨੂੰ অপারেটিং ਸਿਸਟਮ ਨੂੰ ਕੰਟਰੋਲ ਕਰਦੀ ਹੈ ਉਸ ਨੂੰ ਅਸੀਂ ਕੰਟਰੋਲ ਪੈਨਲ ਬੋਲਦੇ ਹਾਂ ਕੰਟਰੋਲ ਪੈਨਲ ਵਿੰਡੋ অপারেটিং ਸਿਸਟਮ ਦੀ ਇੱਕ ਵਿਸ਼ੇਸ਼ਤਾ ਹੈ ਜੋ ਯੂਜ਼ਰ ਨੂੰ ਸਿਸਟਮ ਸੈਟਿੰਗਸ ਅਤੇ ਕੰਟਰੋਲ ਨੂੰ ਸੋਧਣ ਦੀ ਆਗਿਆ ਦਿੰਦੀ ਹੈ ਇਸ ਵਿੱਚ ਕੋਈ ਛੋਟੇ-ਛੋਟੇ ਐਪਲੀਕੇਸ਼ਨ ਜਾਂ ਕੰਟਰੋਲ ਪੈਨਲਸ ਸ਼ਾਮਿਲ ਹਨ ਜੋ ਹਾਰਡਵੇਅਰ ਜਾਂ ਸੌਫਟਵੇਅਰ ਸੈਟਿੰਗਸ ਨੂੰ ਵੇਖਣ ਅਤੇ ਉਹਨਾਂ ਨਾਲ ਬਦਲਾਅ ਕਰਨ ਲਈ ਵਰਤੇ ਜਾਂਦੇ ਨੇ ਹਾਰਡਵੇਅਰ ਕੰਟਰੋਲ ਪੈਨਲਸ ਦੀਆਂ ਕੁਝ ਧਾਰਨਾ ਨੇ ਜਿਵੇਂ ਡਿਸਪਲੇ ਕੀਬੋਰਡ ਮਾਊਸ ਸੈਟਿੰਗ ਜਾਂ ਹੋਰ ਵੀ ਕਈ ਤਰ੍ਹਾਂ ਦੀ ਹਾਰਡਵੇਅਰ ਦੀਆਂ ਸੈਟਿੰਗਸ ਸੌਫਟਵੇਅਰ ਨਿਯੰਤਰਣ ਪੈਨਲਾਂ ਵਿੱਚ ਜਿਵੇਂ ਡੇਟਸ ਐਂਡ ਟਾਈਮ ਨੂੰ ਚੇਂਜ ਕਰਨਾ ਪਾਵਰ ਸੈਟਿੰਗਸ ਨੂੰ ਚੇਂਜ ਕਰਨਾ ਫੌਂਟਸ ਚੇਂਜ ਕਰਨੇ ਅਤੇ ਹੋਰ ਕਈ ਤਰ੍ਹਾਂ ਦੇ ਮੈਨੇਜਮੈਂਟ ਨਾਲ ਰਿਲੇਟਡ ਕੰਮ ਉਹ ਸਾਰੇ ਹੀ ਤੁਸੀਂ ਕੰਟਰੋਲ ਪੈਨਲ ਦੇ ਵਿੱਚ ਜਾ ਕੇ ਕਰ ਸਕਦੇ ਹੋ ਸੋ ਕੰਟਰੋਲ ਪੈਨਲ ਦੇ ਦੁਆਰਾ ਤੁਸੀਂ ਆਪਣੇ ਕੰਪਿਊਟਰ ਦੀਆਂ ਜਿੰਨੀਆਂ ਵੀ ਸੈਟਿੰਗਸ ਨੇ ਜਾਂ ਕਿਸੇ ਵੀ तरह ਦੇ ਹਾਰਡਵੇਅਰ ਜਾਂ ਸੌਫਟਵੇਅਰ ਦੇ ਨਾਲ ਤੁਸੀਂ ਕੁਝ ਬਦਲਾਅ ਕਰਨਾ ਚਾਹੁੰਦੇ ਹੋ ਇਹ ਸਾਰੇ ਹੀ ਤਰ੍ਹਾਂ ਦੇ ਜਿੰਨੇ ਵੀ ਕੰਮ ਨੇ ਕੰਟਰੋਲ ਪੈਨਲ ਦੀ ਮਦਦ ਦੇ ਨਾਲ ਕੀਤੇ ਜਾ ਸਕਦੇ ਹਨ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਅਗਰ ਤੁਸੀਂ ਡਿਸਪਲੇ ਪ੍ਰੋਪਰਟੀਆਂ ਨੂੰ ਖੋਲਣਾ ਚਾਹੁੰਦੇ ਹੋ ਤੁਸੀਂ ਡਿਸਪਲੇ ਦੀਆਂ ਕੁਝ ਸੈਟਿੰਗਸ ਨੂੰ ਚੇਂਜ ਕਰਨਾ ਚਾਹੁੰਦੇ ਹੋ ਤਾਂ ਉਹਦਾ ਮੈਥਡ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਸਟਾਰਟ ਬਟਨ ਤੇ ਕਲਿੱਕ ਕਰੋ ਉਸ ਤੋਂ ਬਾਅਦ ਸੈਟਿੰਗ ਤੇ ਕਲਿੱਕ ਕਰੋ ਫਿਰ ਤੁਸੀਂ ਕੰਟਰੋਲ ਪੈਨਲ ਨੂੰ ਖੋਲੋਗੇ ਜਦੋਂ ਤੁਸੀਂ ਕੰਟਰੋਲ ਪੈਨਲ ਨੂੰ ਖੋਲਦੇ ਹੋ ਤਾਂ ਕੰਟਰੋਲ ਪੈਨਲ ਦੇ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਆਈਟਮਸ ਦਿਖਾਈ ਦਿੰਦੀਆਂ ਨੇ ਉਹਨਾਂ ਵਿੱਚ ਤੁਸੀਂ ਫਾਈਂਡ ਆਊਟ ਕਰੋ ਇੱਕ ਡਿਸਪਲੇ ਪ੍ਰੋਪਰਟیز ਨਾਂ ਦੀ ਆਈਟਮ ਜਦੋਂ ਤੁਸੀਂ ਉੱਪਰ ਡਬਲ ਕਲਿੱਕ ਕਰਦੇ ਹੋ ਤਾਂ ਡਿਸਪਲੇ ਪ੍ਰੋਪਰਟੀ ਡਾਇਲੌਗ ਬਾਕਸ ਤੁਹਾਡੇ ਸਾਹਮਣੇ ਓਪਨ ਹੋ ਜਾਂਦਾ ਦੂਜਾ ਮੈਥਡ ਕੀ ਹੈਗਾ ਕਿ ਤੁਸੀਂ ਆਪਣੇ ਡੈਸਕਟਾਪ ਤੇ ਕਿਸੇ ਵੀ ਖਾਲੀ ਜਗ੍ਹਾ ਦੇ ਉੱਤੇ ਜਦੋਂ ਆਪਣੇ ਮਾਊਸ ਦਾ ਰਾਈਟ ਬਟਨ ਪ੍ਰੈਸ ਕਰਦੇ ਹੋ ਤਾਂ ਇੱਕ ਪੋਪਅਪ ਮੈਨੂ ਦਿਖਾਈ ਦਿੰਦਾ ਉਹਦੇ ਵਿੱਚ ਤੁਹਾਨੂੰ ਸਭ ਤੋਂ ਲਾਸਟ ਇੱਕ ਆਪਸ਼ਨ ਦਿਖਾਈ ਦੇਗੀ ਪਰਸਨਲਾਈਜ਼ ਉਹਦੇ ਵਿੱਚ ਜਾ ਕੇ ਵੀ ਤੁਸੀਂ ਆਪਣੀਆਂ ডিসਪਲੇ ਪ੍ਰੋਪਰਟੀ ਪੈਨਲ ਨੂੰ ਖੋਲ ਸਕਦੇ ਹੋ ਅਸੀਂ ਕਿਉਂ ਖੋਲਦੇ ਹਾਂ ਜਾਂ ਇਸ ਦੀਆਂ ਕੁਝ ਕੀ ਵਿਸ਼ੇਸ਼ਤਾਵਾਂ ਨੇ ਅਸੀਂ ਕੀ ਕੰਮ ਕਰ ਸਕਦੇ ਹਾਂ ਜਿਵੇਂ ਅਸੀਂ ਆਪਣੀ ਸਕਰੀਨ ਦੇ ਰੈਜ਼ੋਲੂਸ਼ਨ ਨੂੰ ਐਡਜਸਟ ਕਰ ਸਕਦੇ ਹਾਂ ਕਿ ਸਾਡੀ ਸਕਰੀਨ ਦਾ ਰੈਜ਼ੋਲੂਸ਼ਨ ਕਿੰਨਾ ਹੋਵੇ ਤੁਸੀਂ ਕਲਰਸ ਦੀ ਸੈਟਿੰਗ ਕਰ ਸਕਦੇ ਹੋ ডিসਪਲੇ ਦੀਆਂ ਸੈਟਿੰਗਸ ਕਰ ਸਕਦੇ ਹੋ ਟੈਕਸਟ ਨੂੰ ਵਧੀਆ ਬਣਾਉਣ ਲਈ ਉਸ ਨੂੰ ਪੜਨ ਯੋਗ ਬਣਾਉਣ ਲਈ ਤੁਸੀਂ ਆਪਣੇ ਟੈਕਸਟ ਦੀ ਸੈਟਿੰਗ ਕਰ ਸਕਦੇ ਹੋ ਹੋਰ ਵੀ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਡਿਸਪਲੇ ਪ੍ਰੋਪਰਟੀਆਂ 'ਤੇ ਜਾ ਕੇ ਕਰ ਸਕਦੇ ਹੋ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਤੁਹਾਡੇ ਕੰਪਿਊਟਰ ਸਿਸਟਮ ਦੀ ਅਗਰ ਤੁਸੀਂ ਸਮਾਂ ਅਤੇ ਤਾਰੀਖ ਬਦਲਣਾ ਚਾਹੁੰਦੇ ਹੋ ਤਾਂ ਉਸ ਨੂੰ ਤੁਸੀਂ ਕਿਵੇਂ ਬਦਲ ਸਕਦੇ ਹੋ ਪੁਰਾਣੇ ਸਟੈਪ ਦੀ ਤਰ੍ਹਾਂ ਤੁਸੀਂ ਕੰਟਰੋਲ ਪੈਨਲ ਨੂੰ ਖੋਲੋ ਉਸ ਵਿੱਚ ਤੁਸੀਂ ਇੱਕ ਡੇਟ ਐਂਡ ਟਾਈਮ ਦਾ ਆਈਕਨ ਦੇਖੋਗੇ ਉਸ ਉੱਪਰ ਡਬਲ ਕਲਿੱਕ ਕਰੋ ਅਤੇ ਤੁਹਾਡੇ ਸਾਹਮਣੇ ਇੱਕ ਡਾਇਲੌਗ ਬਾਕਸ ਦਿਖਾਈ ਦੇਗਾ ਤਰੀਕ ਅਤੇ ਸਮਾਂ ਵਿੰਡੋ ਵਿੱਚ ਡੇਟ ਐਂਡ ਟਾਈਮ ਟੈਬ ਦੇ ਹੇਠਾਂ ਚੇਂਜ ਡੇਟ ਐਂਡ ਟਾਈਮ ਬਟਨ ਤੇ ਕਲਿੱਕ ਕਰੋ ਆਪਣੀ ਲੋੜ ਦੇ ਅਨੁਸਾਰ ਐਡਜਸਟਮੈਂਟ ਕਰੋ ਅਤੇ ਓਕੇ ਬਟਨ ਦੇ ਉੱਤੇ ਕਲਿੱਕ ਕਰੋ ਅਤੇ ਬਾਅਦ ਦੇ ਵਿੱਚ ਤਬਦੀਲੀਆਂ ਨੂੰ ਸੇਵ ਕਰਨ ਲਈ ਡੇਟ ਐਂਡ ਟਾਈਮ ਵਿੰਡੋ ਦੇ ਓਕੇ ਬਟਨ ਉੱਤੇ ਕਲਿੱਕ ਕਰ ਦਿਓ ਜੋ ਤੁਸੀਂ ਡੇਟ ਐਂਡ ਟਾਈਮ ਸੈੱਟ ਕੀਤਾ ਹੋਵੇਗਾ ਤੁਹਾਡੇ ਸਿਸਟਮ ਦਾ ਉਹੀ ਡੇਟ ਐਂਡ ਟਾਈਮ ਸੈੱਟ ਹੋ ਜਾਵੇਗਾ ਡਿਵਾਈਸਿਸ ਐਂਡ ਪ੍ਰਿੰਟਰ devices and printer ਦੀ ਵਰਤੋਂ ਕਰਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡੇ ਕੰਪਿਊਟਰ ਸਿਸਟਮ ਦੇ ਨਾਲ ਬਾਹਰੀ ਤੌਰ ਤੇ ਕਿਹੜੇ ਕਿਹੜੇ ਹਾਰਡਵੇਅਰ ਯੰਤਰ ਅਟੈਚ ਕੀਤੇ ਗਏ ਨੇ ਜਿਵੇਂ ਤੁਸੀਂ ਕੋਈ smartphones ਅਟੈਚ ਕੀਤਾ ਹੈ ਕੋਈ music player ਅਡਾਪਟ ਕੀਤਾ ਹੋਇਆ ਹੈ ਤੁਸੀਂ ਕੋਈ digital camera web camera ਜਾਂ ਕੋਈ monitor keyboard mouse ਉਹ ਜਿੰਨੇ ਵੀ ਤਰ੍ਹਾਂ ਦੇ ਤੁਸੀਂ ਐਕਸਟਰਨਲੀ ਹਾਰਡਵੇਅਰ ਆਪਣੇ CPU ਦੇ ਨਾਲ ਅਟੈਚ ਕਰਦੇ ਹੋ ਉਹਨਾਂ ਸਾਰਿਆਂ ਦੀ ਸੈਟਿੰਗਸ ਤੁਸੀਂ devices and printer ਨਾਂ ਦੀ অপਸ਼ਨ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਅਗੇ ਅਸੀਂ ਗੱਲ ਕਰਦੇ ਹਾਂ ਯੂਟਿਲਿਟੀ ਪ੍ਰੋਗਰਾਮਸ ਯੂਟਿਲਿਟੀ ਪ੍ਰੋਗਰਾਮ ਦਾ ਮੇਨ ਕੰਮ ਕੀ ਹੈ ਕਿ ਤੁਹਾਡੇ ਸਿਸਟਮ ਨੂੰ ਮੇਨਟੇਨ ਕਰਨਾ ਇੱਕ ਪ੍ਰੋਗਰਾਮ ਜੋ ਕੰਪਿਊਟਰ ਫੰਕਸ਼ਨਸ ਸੋਰਸਸ ਅਤੇ ਫਾਈਲਾਂ ਦਾ ਪ੍ਰਬੰਧ ਕਰਨ ਦੇ ਨਾਲ ਸੰਬੰਧਿਤ ਹੈ ਇਹ ਇੱਕ ਖਾਸ ਕੰਮ ਕਰਦਾ ਹੈ ਜਿਵੇਂ ਕਿ ਪਾਸਵਰਡ ਨੂੰ ਸਿਕਿਉਰ ਕਰਨਾ ਮੈਮਰੀ ਦਾ ਪ੍ਰਬੰਧ ਕਰਨਾ ਵਾਇਰਸ ਤੋਂ ਸਾਨੂੰ ਸਕੂਅਰ ਕਰਨਾ ਅਤੇ ਫਾਈਲ ਕੰਪਰੈਸ਼ਨ ਇਹਨਾਂ ਸਾਰੇ ਹੀ ਪ੍ਰੋਗਰਾਮਸ ਨੂੰ ਅਸੀਂ ਯੂਟਿਲਿਟੀ ਪ੍ਰੋਗਰਾਮ ਬੋਲਦੇ ਹਾਂ ਫਾਈਲ ਕੰਪਰੈਸ਼ਨ ਟੂਲ ਤੋਂ ਕੀ ਭਾਵ ਹੈ ਕਿ ਫਾਈਲ ਕੰਪਰੈਸ਼ਨ ਟੂਲ ਸਾਡੀਆਂ ਵੱਖ-ਵੱਖ ਤਰ੍ਹਾਂ ਦੀਆਂ ਜੋ ਫਾਈਲਜ਼ ਹੁੰਦੀਆਂ ਨੇ ਉਹਨਾਂ ਦੇ ਸਾਈਜ਼ ਨੂੰ ਕੰਪਰੈਸ ਕਰਦਾ ਅਸੀਂ ਇਸ ਟੂਲ ਦੀ ਵਰਤੋਂ ਕਰਕੇ ਕਿਸੇ ਵੀ ਫਾਈਲ ਦੇ ਸਾਈਜ਼ ਨੂੰ ਕੰਪਰੈਸ ਕਰ ਸਕਦੇ ਹਾਂ ਤੇ ਉਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਮੂਵ ਕਰ ਸਕਦੇ ਹਾਂ ਜਾਂ ਵਾਇਆ ਈਮੇਲ ਕਿਸੇ ਨੂੰ ਸੈਂਡ ਕਰ ਸਕਦੇ ਹਾਂ ਮਾਰਕੀਟ ਵਿੱਚ ਬਹੁਤ ਸਾਰੇ ਫਾਈਲ ਕੰਪਰੈਸ਼ਨ ਸੌਫਟਵੇਅਰ ਉਪਲਬਧ ਨੇ ਹਰ ਸਾਫਟਵੇਅਰ ਵੱਖਰੇ ਫਾਈਲ ਫਾਰਮੈਟ ਦਾ ਸਮਰਥਨ ਕਰਦਾ ਹੈ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ ਜਿਵੇਂ ਜ਼ਿਪ ਹੋ ਗਿਆ ਵਿਨਾਰ ਹੋ ਗਿਆ 7 ਜ਼ਿਪ ਹੋ ਗਿਆ ਇਹ ਆਮ ਤੌਰ ਤੇ ਵਰਤੇ ਜਾਣ ਵਾਲੇ ਕੁਝ ਫਾਈਲ ਕੰਪਰੈਸ਼ਨ ਟੂਲ ਨੇ ਤੁਸੀਂ ਕਿਸੇ ਫਾਈਲ ਨੂੰ ਕਿਵੇਂ ਕੰਪਰੈਸ ਕਰ ਸਕਦੇ ਹੋ ਕੰਪਰੈਸ ਕਰਨ ਲਈ ਤੁਸੀਂ ਜਿਸ ਫਾਈਲ ਨੂੰ ਕੰਪਰੈਸ ਕਰਨਾ ਚਾਹੁੰਦੇ ਹੋ ਜਾਂ ਜਿਸ ਫੋਲਡਰ ਨੂੰ ਕੰਪਰੈਸ ਕਰਨਾ ਚਾਹੁੰਦੇ ਹੋ ਉਸ ਉੱਪਰ ਕਲਿੱਕ ਕਰੋ ਅਤੇ ਆਪਣੇ ਮਾਊਸ ਦਾ ਸੱਜਾ ਬਟਨ ਪ੍ਰੈਸ ਕਰੋ ਤਾਨੂੰ ਇੱਕ ਪੌਪਅਪ ਮੈਨੂ ਦਿਖਾਈ ਦੇਵੇਗਾ ਉਸ ਵਿੱਚ ਤੁਹਾਨੂੰ ਇੱਕ ਆਪਸ਼ਨ ਮਿਲੇਗੀ ਸੈਂਡ ਟੂ ਸੈਂਡ ਟੂ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਰਾਈਟ ਸਾਈਡ ਤੇ ਇੱਕ ਹੋਰ ਪੌਪਅਪ ਮੈਨੂ ਤੁਹਾਨੂੰ ਦਿਖਾਈ ਦੇਵੇਗਾ ਉਸ ਵਿੱਚ ਆਪਸ਼ਨ ਹੋਵੇਗੀ ਕੰਪਰੈਸ ਜਦੋਂ ਤੁਸੀਂ ਉਸ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੀ ਜੋ ਫਾਈਲ ਹੈ ਉਹ ਕੰਪਰੈਸ ਹੋ ਜਾਵੇਗੀ ਜਾਨੀ ਕਿ ਉਸ ਦਾ ਜੋ ਸਾਈਜ਼ ਹੈ ਉਹ ਛੋਟਾ ਹੋ ਜਾਵੇਗਾ ਤੁਸੀਂ ਜਦੋਂ ਵੀ ਇਸ ਨੂੰ ਦੁਬਾਰਾ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਨੂੰ ਅਨਕੰਪਰੈਸ ਕਰਨਾ ਪਵੇਗਾ ਅਤੇ ਤੁਸੀਂ ਆਫਟਰ ਅਨਕੰਪਰੈਸ ਉਸ ਨੂੰ ਯੂਜ਼ ਕਰ ਸਕਦੇ ਹੋ ਕੋਈ ਯੂਟਿਲਿਟੀ ਪ੍ਰੋਗਰਾਮ ਦੇ ਵਿੱਚ ਕੀ ਆਂਦਾ ਡਿਸਕ ਡੀਫ੍ਰੈਗਮੈਂਟੇਸ਼ਨ ਇਹ ਵਿੰਡੋ ਆਪਰੇਟਿੰਗ ਸਿਸਟਮ ਦੀ ਇੱਕ ਹੋਰ ਮਹੱਤਵਪੂਰਨ ਇਨਬਿਲਟ ਸਹੂਲਤ ਹੈ ਡੀਫ੍ਰੈਗਮੈਂਟੇਸ਼ਨ ਸਾਡੇ ਕੰਪਿਊਟਰ ਲਈ ਜਗ੍ਹਾ ਸਾਫ਼ ਕਰਨ ਵਰਗਾ ਹੈ ਇਹ ਸਾਡੇ ਹਾਰਡ ਡਰਾਈਵ ਵਿੱਚ ਫੈਲਿਆ ਡਾਟਾ ਦੇ ਸਾਰੇ ਭਾਗਾਂ ਨੂੰ ਚੁੱਕਦਾ ਹੈ ਅਤੇ ਉਹਨਾਂ ਨੂੰ ਦੁਬਾਰਾ ਇਕੱਠਾ ਕਰਦਾ ਹੈ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਹਰੇਕ ਕੰਪਿਊਟਰ ਡਾਟਾ ਦੇ ਨਿਯੰਤਰਣ ਫਿਲਾਹ ਕਾਰਨ ਉਪਲਬਧ ਥਾਂ ਵਿੱਚ ਕਮੀ ਹੋ ਜਾਂਦੀ ਹੈ ਜੇਕਰ ਅਸੀਂ ਜਗ੍ਹਾ ਨੂੰ ਸਾਫ਼ ਨਹੀਂ ਕਰਦੇ ਤਾਂ ਸਾਡੇ ਪੀਸੀ ਡਿਸਕ ਅਤੇ ਡਾਟਾ ਨੂੰ ਪ੍ਰੋਸੈਸ ਕਰਨ ਵਿੱਚ ਕਾਫੀ ਮੁਸ਼ਕਲ ਜਾਂਦੀਆਂ ਨੇ ਅਤੇ ਜੋ ਸਾਡੀ ਪ੍ਰੋਸੈਸਿੰਗ ਹੈ ਉਹ ਵੀ ਸਲੋ ਹੋ ਜਾਂਦੀ ਹੈ ਛੋਟੇ ਸ਼ਬਦਾਂ ਵਿੱਚ ਅਸੀਂ ਅਗਲ ਗੱਲ ਕਰਦੇ ਹਾਂ ਡੀਫ੍ਰੈਗਮੈਂਟੇਸ਼ਨ ਦੀ ਤਾਂ ਡੀਫ੍ਰੈਗਮੈਂਟੇਸ਼ਨ ਤੋਂ ਭਾਵ ਹੈ ਐਗਜ਼ਾਮਪਲ ਅਸੀਂ ਲੈਂਦੇ ਹਾਂ ਕਿ ਤੁਸੀਂ ਆਪਣੇ ਕੰਪਿਊਟਰ ਦੇ ਵਿੱਚ ਸਮੇਂ-ਸਮੇਂ ਤੇ ਕਈ ਫਾਈਲਸ ਨੂੰ ਇੰਸਟਾਲ ਕਰਦੇ ਹੋ ਕਈ ਫਾਈਲਸ ਨੂੰ ਅਨਇੰਸਟਾਲ ਕਰ ਦਿੰਦੇ ਹੋ ਕੁਝ ਕਾਪੀ ਕਰਦੇ ਹੋ ਪੇਸਟ ਕਰਦੇ ਹੋ ਜਾਨਕੀ ਤੁਹਾਡੀ ਜੋ ਹਾਰਡ ਡਿਸਕ ਹੁੰਦੀ ਆ ਉਸ ਉਪਰ ਜੋ ਡਾਟਾ ਹੈ ਉਹ ਵੱਖ-ਵੱਖ ਜਗ੍ਹਾ ਦੇ ਉਪਰ ਸਟੋਰ ਹੁੰਦਾ ਹੈ ਜਦੋਂ ਤੁਸੀਂ ਕਿਸੇ ਫਾਈਲ ਨੂੰ ਡਿਲੀਟ ਕਰਦੇ ਹੋ ਤਾਂ ਤੁਹਾਡੀ ਡਿਸਕ ਦੇ ਉਸ ਪਾਰਟ ਦੇ ਵਿੱਚੋਂ ਜਿਸ ਜਗ੍ਹਾ ਤੋਂ ਫਾਈਲ ਡਿਲੀਟ ਕੀਤੀ ਜਾਂਦੀ ਹੈ ਉਹ ਜਗ੍ਹਾ ਖਾਲੀ ਹੋ ਜਾਂਦੀ ਹੈ ਇਸ ਤਰ੍ਹਾਂ ਵੱਖ-ਵੱਖ ਥਾਵਾਂ ਤੇ ਕਾਫੀ ਮਾਤਰਾ ਵਿੱਚ ਖਾਲੀ ਸਪੇਸਿਸ ਅਵੇਲੇਬਲ ਹੋ ਜਾਂਦੀਆਂ ਨੇ ਜਦੋਂ ਅਸੀਂ ਡੀਫ੍ਰੈਗਮੈਂਟੇਸ਼ਨ ਕਰਦੇ ਹਾਂ ਤਾਂ ਸਾਡੇ ਕੰਪਿਊਟਰ ਸਿਸਟਮ ਦੇ ਸਟੋਰ ਜਿੰਨਾ ਵੀ ਡਾਟਾ ਹੁੰਦਾ ਹੈ ਉਸ ਨੂੰ ਕੰਪਿਊਟਰ ਰੀਅਰੇਂਜ ਕਰਦਾ ਹੈ ਜਿਸ ਨਾਲ ਕੰਪਿਊਟਰ ਦੇ ਪ੍ਰੋਸੈਸ ਕਰਨ ਦੀ ਸਪੀਡ ਫਾਸਟ ਹੋ ਜਾਂਦੀ ਹੈ ਅਤੇ ਜੋ ਮੁਸ਼ਕਲ ਸਾਨੂੰ ਡਾਟਾ ਦੀ ਪ੍ਰੋਸੈਸਿੰਗ ਲਈ ਆ ਰਹੀਆਂ ਹੁੰਦੀਆਂ ਨੇ ਉਹਨਾਂ ਵਿੱਚ ਕਮੀ ਹੋ ਜਾਂਦੀ ਹੈ ਵਿੰਡੋ ਵਿੱਚ ਕੰਪਿਊਟਰ ਹਾਰਡ ਡਿਸਕ ਨੂੰ ਡੀਫ੍ਰੈਗ ਕਰਨ ਦੇ ਕੁਝ ਸਟੈਪ ਨੇ ਜਿਵੇਂ ਕੀਬੋਰਡ ਤੋਂ ਵਿੰਡੋ ਕੀ ਦਬਾ ਕੇ ਸਟਾਰਟ ਮੈਨੂ ਖੋਲੋ ਅਤੇ ਰਨ ਕਮਾਂਡ ਵਿੱਚ ਡੀਫ੍ਰੈਗਮੈਂਟ ਟਾਈਪ ਕਰੋ ਡੀਫ੍ਰੈਗਮੈਂਟ ਐਂਡ ਆਪਟਿਮਾਈਜ਼ ਡਰਾਈਵਸ ਦਾ ਇੱਕ ਨਤੀਜਾ ਤੁਹਾਨੂੰ ਦਿਖਾਈ ਦੇਵੇਗਾ ਉਸ ਵਿੱਚ ਤੁਸੀਂ ਡੀਫ੍ਰੈਗਮੈਂਟ ਵਿੰਡੋ ਨੂੰ ਖੋਲਣ ਲਈ ਇਸ ਉੱਤੇ ਕਲਿੱਕ ਕਰੋ ਖੁੱਲੀ ਵਿੰਡੋ ਵਿੱਚ ਦਿਖਾਈ ਗਈ ਸੂਚੀ ਵਿੱਚੋਂ ਉਸ ਡਿਸਕ ਦੀ ਚੋਣ ਕਰੋ ਜਿਸ ਨੂੰ ਅਸੀਂ ਡੀਫ੍ਰੈਗਮੈਂਟ ਕਰਨਾ ਚਾਹੁੰਦੇ ਹਾਂ ਇਸੋ ਭਾਵ ਕਿ ਜਿੰਨੀਆਂ ਵੀ ਡਰਾਈਵਜ਼ ਹੁੰਦੀਆਂ ਨੇ ਜੋ ਤੁਹਾਡੇ ਕੰਪਿਊਟਰ ਸਿਸਟਮ ਨਾਲ ਅਟੈਚ ਹੁੰਦੀਆਂ ਨੇ ਉਹ ਸਾਰੀਆਂ ਹੀ ਡਰਾਈਵਜ਼ ਤੁਹਾਨੂੰ ਸ਼ੋ ਹੋ ਜਾਣਗੀਆਂ ਤੁਸੀਂ ਜਿਸ ਡਰਾਈਵ ਦਾ ਵੀ ਡੀਫ੍ਰੈਗਮੈਂਟੇਸ਼ਨ ਕਰਨਾ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰੋ ਅਤੇ ਡੀਫ੍ਰੈਗਮੈਂਟ ਡਿਸਕ ਉੱਤੇ ਕਲਿੱਕ ਕਰੋ ਤੁਹਾਡਾ ਕੰਪਿਊਟਰ ਸਿਸਟਮ ਆਟੋਮੈਟਿਕਲੀ ਉਸ ਡਰਾਈਵ ਨੂੰ ਡੀਫ੍ਰੈਗਮੈਂਟ ਕਰ ਦਵੇਗਾ ਅਗੇ ਇਸੀ ਗੱਲ ਕਰਦੇ ਹਾਂ ਕਿ ਬੈਕਅਪ ਕੀ ਹੁੰਦਾ ਬੈਕਅਪ ਇੱਕ ਫਾਈਲ ਜਾਂ ਮਲਟੀਪਲ ਫਾਈਲ ਦੇ ਸਮੂਹ ਦੀ ਇੱਕ ਕਾਪੀ ਹੈ ਜੋ ਅਸਲ ਥਾਂ ਤੋਂ ਵੱਖਰੇ ਸਥਾਨ ਤੇ ਸਟੋਰ ਕੀਤੀ ਜਾਂਦੀ ਹੈ ਜਿਵੇਂ ਕਿ ਡੀਵੀਡੀ ਜਾਂ ਕੋਈ ਐਕਸਟਰਨਲ ਹਾਰਡ ਡਰਾਈਵ ਜਾਂ ਤੁਸੀਂ ਕੋਈ ਕਲਾਊਡ ਸਟੋਰੇਜ ਉੱਪਰ ਉਸ ਨੂੰ ਸਟੋਰ ਕਰ ਦਿਓ ਜਦੋਂ ਵੀ ਤੁਸੀਂ ਕੰਪਿਊਟਰ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਕਈ ਤਰ੍ਹਾਂ ਦੀਆਂ ਫਾਈਲਾਂ ਨੂੰ ਸਟੋਰ ਕਰਦੇ ਹੋ ਫਾਈਲਾਂ ਨੂੰ ਕ੍ਰੀਏਟ ਕਰਦੇ ਹੋ ਤੁਸੀਂ ਆਪਣੇ ਡਾਟੇ ਦੇ ਲੌਸ ਨੂੰ ਬਚਾਉਣ ਲਈ ਆਪਣੇ ਡਾਟੇ ਦਾ ਇੱਕ ਬੈਕਅਪ ਤਿਆਰ ਕਰਦੇ ਹੋ ਅਤੇ ਉਹ ਸਾਰਾ ਹੀ ਬੈਕਅਪ ਜਿਸ ਵਿੱਚ ਇੱਕ ਫਾਈਲ ਵੀ ਹੋ ਸਕਦੀ ਹੈ ਜਾਂ ਗਰੁੱਪ ਆਫ ਫਾਈਲਾਂ ਹੋ ਸਕਦੀਆਂ ਨੇ ਉਹਨਾਂ ਦੀ ਇੱਕ ਵੱਖਰੀ ਕੰਬਾਈਨਡ ਫਾਈਲ ਤਿਆਰ ਹੋਏਗੀ ਅਤੇ ਤੁਹਾਡੇ ਕੰਪਿਊਟਰ ਦੇ ਕਿਸੇ ਖਾਸ ਲੋਕੇਸ਼ਨ ਦੇ ਵਿੱਚ ਜਾਂ ਤੁਹਾਡੀ ਆਪਣੀ ਮਨਚਾਹੀ ਲੋਕੇਸ਼ਨ ਵਿੱਚ ਉਹ ਸਟੋਰ ਹੋ ਜਾਵੇਗੀ ਅਤੇ ਫਿਊਚਰ ਦੇ ਵਿੱਚ ਐਕਸੀਡੈਂਟਲੀ ਹੈਗਾ ਤੁਹਾਡਾ ਕੋਈ ਸਟੋਰ ਕੀਤਾ ਗਿਆ ਡਾਟਾ ਡਿਲੀਟ ਹੋ ਜਾਂਦਾ ਹੈ ਤਾਂ ਤੁਸੀਂ ਬੈਕਅਪ ਤੋਂ ਆਪਣੇ ਡਾਟੇ ਨੂੰ ਰੀਸਟੋਰ ਕਰ ਸਕਦੇ ਹੋ ਅੱਜ ਕੱਲ੍ਹ ਕਈ ਪ੍ਰਕਾਰ ਦੀਆਂ ਆਨਲਾਈਨ ਕਲਾਊਡ ਸਟੋਰੇਜ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚ ਜਾ ਕੇ ਤੁਸੀਂ ਆਪਣੇ ਡਾਟੇ ਦੇ ਬੈਕਅਪ ਨੂੰ ਸਟੋਰ ਕਰ ਸਕਦੇ ਹੋ ਅਗੇ ਇਸੀ ਗੱਲ ਕਰਦੇ ਹਾਂ ਸ਼ਟਿੰਗ ਡਾਊਨ অপਸ਼ਨ ਕੀ ਹੈ ਕੰਪਿਊਟਰ ਸਿਸਟਮ ਨੂੰ ਬੰਦ ਕਰਨ ਲਈ ਤੁਸੀਂ ਸਟਾਰਟ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਸ਼ਟਡਾਊਨ ਤੇ ਕਲਿੱਕ ਕਰਦੇ ਹੋ ਅਤੇ ਤੁਹਾਡਾ ਕੰਪਿਊਟਰ ਸਿਸਟਮ ਬੰਦ ਹੋ ਜਾਂਦਾ ਪਰ ਸ਼ਟਿੰਗ ਡਾਊਨ ਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਆਪਸ਼ਨਸ ਹੁੰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਆਪਸ਼ਨਸ ਨੇ ਜਦੋਂ ਅਸੀਂ ਸਟਾਰਟ ਬਟਨ ਤੇ ਕਲਿੱਕ ਕਰਦੇ ਆ ਤਾਂ ਤੁਹਾਨੂੰ ਸ਼ਟਡਾਊਨ ਨੂੰ ਬਟਨ ਦੇ ਨਾਲ ਇੱਕ ਐਰੋ ਦਿਖਾਈ ਦਿੰਦਾ ਜਦੋਂ ਅਸੀਂ ਐਰੋ ਤੇ ਕਲਿੱਕ ਕਰਦੇ ਆ ਤਾਂ ਸਾਨੂੰ ਕੁਝ ਆਪਸ਼ਨਸ ਦਿਖਾਈ ਦਿੰਦੀਆਂ ਨੇ ਜਿਵੇਂ ਸਵਿਚ ਯੂਜ਼ਰ ਲੌਗ ਆਫ ਲੋਕ ਰੀਸਟਾਰਟ ਅਤੇ ਹੋਰ ਕੁਝ ਆਪਸ਼ਨਸ ਅਸੀਂ ਕਿਸੇ ਵੀ ਆਪਣੀ ਮਨਚਾਹੀ ਆਪਸ਼ਨ ਤੇ ਕਲਿੱਕ ਕਰਕੇ ਆਪਨੇ ਕੰਪਿਊਟਰ ਨੂੰ ਬੰਦ ਜਾਂ 슬ੀਪ ਮੋਡ ਵਿੱਚ ਲੈ ਕੇ ਆ ਸਕਦੇ ਆ ਸ਼ਟਿੰਗ ਡਾਊਨ ਆਪਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਹੈ ਸਵਿਚ ਯੂਜ਼ਰ ਇਸ ਆਪਸ਼ਨ ਦੀ ਚੋਣ ਕਰਕੇ ਤੁਸੀਂ ਦੂਸਰੇ ਜੋ ਯੂਜ਼ਰਸ ਅਕਾਊਂਟ ਹੁੰਦੇ ਨੇ ਤੁਸੀਂ ਉਹਨਾਂ ਵਿੱਚ ਲੌਗਇਨ ਜਾਂ ਲੌਗਆਊਟ ਹੋ ਸਕਦੇ ਹੋ ਸੈਕੰਡ ਆਪਸ਼ਨ ਹੁੰਦੀ ਹੈ ਲੌਗ ਆਫ ਇਸ ਦੀ ਵਰਤੋਂ ਦੇ ਨਾਲ ਅਸੀਂ ਆਪਣੇ ਵਿੰਡੋ ਦੇ ਜੋ ਕਰੰਟ ਸੈਸ਼ਨ ਸਾਡਾ ਚੱਲ ਰਿਹਾ ਹੁੰਦਾ ਹੈ ਉਸ ਨੂੰ ਅਸੀਂ ਬੰਦ ਕਰ ਸਕਦੇ ਆ ਤੇ ਆਪਣੇ ਕੰਮ ਨੂੰ ਸੇਵ ਕਰ ਸਕਦੇ ਆ ਅੱਗੇ ਆਪਸ਼ਨ ਹੁੰਦੀ ਹੈ ਲੌਕ ਇਸ ਪ੍ਰਕਿਰਿਆ ਦੇ ਨਾਲ ਸੰਪੂਰਨ ਲੌਗਆਊਟ ਨਹੀਂ ਹੁੰਦਾ ਬਲਕਿ ਇਹ ਵਿੰਡੋ ਦੇ ਲੌਗਇਨ ਸਕਰੀਨ ਨੂੰ ਪ੍ਰਦਰਸ਼ਿਤ ਕਰਕੇ ਸਾਡੇ ਅਕਾਊਂਟ ਨੂੰ ਸਿਕਿਉਰ ਕਰਦੀ ਹੈ ਕੰਪਿਊਟਰ ਵਿੱਚ ਦੁਬਾਰਾ ਸਾਨੂੰ ਦਾਖਲ ਹੋਣ ਲਈ ਦਾਖਲ ਲੌਗਇਨ ਕਰਨ ਲਈ ਸਾਨੂੰ ਪਾਸਵਰਡ ਨੂੰ ਐਂਟਰ ਕਰਨਾ ਪਵੇਗਾ ਤੇ ਅਸੀਂ ਦੁਬਾਰਾ ਆਪਣੇ ਅਕਾਊਂਟ ਵਿੱਚ ਦਾਖਲ ਹੋ ਸਕਦੇ ਹਾਂ ਅਗਲੀ ਆਪਸ਼ਨ ਹੁੰਦੀ ਹੈ ਰੀਸਟਾਰਟ ਰੀਸਟਾਰਟ ਨੂੰ ਤੁਸੀਂ ਜਾਣਦੇ ਹੋ ਕਿ ਰੀਸਟਾਰਟ ਦੀ ਵਰਤੋਂ ਕਰਕੇ ਅਸੀਂ ਆਪਣੇ ਕੰਪਿਊਟਰ ਸਿਸਟਮ ਨੂੰ ਦੁਬਾਰਾ ਤੋਂ ਸਟਾਰਟ ਕਰ ਸਕਦੇ ਹਾਂ ਨੈਕਸਟ ਆਪਸ਼ਨ ਹੁੰਦੀ ਹੈ ਸਲੀਪ ਜਿਵੇਂ ਤੁਸੀਂ ਆਪਣੇ ਕੰਪਿਊਟਰ ਸਿਸਟਮ ਤੇ ਕੰਮ ਕਰ ਰਹੇ ਹੋ ਤੇ ਤੁਸੀਂ ਕੁਝ ਸਮਾਂ ਆਪਣੇ ਕੰਪਿਊਟਰ ਨੂੰ ਯੂਜ਼ ਨਹੀਂ ਕਰਨਾ ਚਾਹੁੰਦੇ ਕੋਈ ਹੋਰ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੰਪਿਊਟਰ ਸਿਸਟਮ ਨੂੰ 슬ੀਪ ਮੋਡ ਵਿੱਚ ਐਂਟਰ ਕਰ ਸਕਦੇ ਹੋ 슬ੀਪ অপਸ਼ਨ ਤੇ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਸਾਡਾ ਸਿਸਟਮ 슬ੀਪ ਮੋਡ ਵਿੱਚ ਚਲਾ ਜਾਂਦਾ ਹੈ ਇਸ ਦੀ ਵਰਤੋਂ ਨਾਲ ਕੰਪਿਊਟਰ ਸਿਸਟਮ ਨੂੰ ਘੱਟ ਪਾਵਰ ਦੀ ਲੋਡ ਪੈਂਦੀ ਹੈ ਅਤੇ ਸਾਡਾ ਸਿਸਟਮ ਜੋ ਹੈ ਸਟੈਂਡ ਬਾਈ ਮੋਡ ਵਿੱਚ ਚਲਾ ਜਾਂਦਾ ਹੈ ਸੋ 슬ੀਪ ਮੋਡ ਵਿੱਚ ਕੰਪਿਊਟਰ ਨੂੰ ਮੁੜ ਤੋਂ ਵਰਕਿੰਗ ਕੰਡੀਸ਼ਨ ਵਿੱਚ ਲਿਆਉਣ ਲਈ ਆਮ ਤੌਰ ਤੇ ਮਾਊਸ ਦੇ ਬਟਨ ਦੀ ਜਾਂ ਕੀਬੋਰਡ ਦੇ ਕਿਸੇ ਵੀ ਕੀ ਨੂੰ ਅਗਰ ਤੁਸੀਂ ਦਬਾਉਂਦੇ ਹੋ ਤਾਂ ਤੁਹਾਡਾ ਜੋ ਸਿਸਟਮ ਹੈ ਦੁਬਾਰਾ ਵਰਕਿੰਗ ਮੋਡ ਵਿੱਚ ਆ ਜਾਂਦਾ ਹੈ ਅਗਲੀ ਆਪਸ਼ਨ ਹੈ ਹਾਈਬਰਨੇਟ ਇਹ ਸਭ ਤੋਂ ਵਧੀਆ ਪਾਵਰ ਸੇਵਿੰਗ ਮੋਡ ਹੈ ਜਦੋਂ ਇਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਕੰਪਿਊਟਰ ਨੂੰ ਸ਼ਟਡਾਊਨ ਕਰਕੇ ਇਸ ਨੂੰ ਟਰਨ ਆਫ ਕਰ ਦਿੰਦਾ ਹੈ ਜੋ ਮੇਨ ਗੱਲ ਇਸ ਵਿੱਚ ਧਿਆਨ ਰੱਖਣ ਵਾਲੀ ਹੈ ਕਿ ਇਸ ਆਪਸ਼ਨ ਦੀ ਵਰਤੋਂ ਕਰਨ ਦੇ ਨਾਲ ਮੈਮਰੀ ਵਿੱਚ ਸਾਡੀਆਂ ਜਿੰਨੇ ਵੀ ਕੰਮ ਹੋ ਰਹੇ ਹੁੰਦੇ ਨੇ ਉਹਨਾਂ ਦੀ ਜਾਣਕਾਰੀ ਜੋ ਹੈ ਸੁਰੱਖਿਅਤ ਰਹਿੰਦੀ ਹੈ ਅਤੇ ਜਦੋਂ ਕੰਪਿਊਟਰ ਸਿਸਟਮ ਨੂੰ ਦੁਬਾਰਾ ਚਾਲੂ ਕੀਤਾ ਜਾਂਦਾ ਹੈ ਤਾਂ ਜਿੰਨੀਆਂ ਵੀ ਪੁਰਾਣੀਆਂ ਐਕਟੀਵਿਟੀਆਂ ਕੰਪਿਊਟਰ ਵਿੱਚ ਚੱਲ ਰਹੀਆਂ ਸਨ ਉਹ ਆਟੋਮੈਟਿਕਲੀ ਦੁਬਾਰਾ ਸ਼ੁਰੂ ਹੋ ਜਾਂਦੀਆਂ ਨੇ ਸੋ ਇਹ ਇੱਕ ਬਹੁਤ ਹੀ ਵਧੀਆ ਪਾਵਰ ਸੇਵਿੰਗ ਮੋਡ ਹੈ ਅਤੇ ਲਾਸਟ ਹੈ ਸ਼ਟਡਾਊਨ ਜਾਂ ਟਰਨ ਆਫ ਜਦੋਂ ਅਸੀਂ ਇਸ ਆਪਸ਼ਨ ਨੂੰ ਚੁੰਦੇ ਆ ਜਾਂ ਇਸ ਉਪਰ ਕਲਿੱਕ ਕਰਦੇ ਆ ਤਾਂ ਸਾਡਾ ਜੋ ਕੰਪਿਊਟਰ ਸਿਸਟਮ ਹੈ ਉਹ ਕੰਪਲੀਟਲੀ ਬੰਦ ਹੋ ਜਾਂਦਾ ਹੈ ਜਿੰਨੀਆਂ ਵੀ ਐਪਲੀਕੇਸ਼ਨ ਜਾਂ ਜਿੰਨੇ ਵੀ ਪ੍ਰੋਗਰਾਮ ਕੰਪਿਊਟਰ ਵਿੱਚ ਚੱਲ ਰਹੇ ਹੁੰਦੇ ਹਨ ਉਹ ਕੰਪਲੀਟਲੀ ਬੰਦ ਹੋ ਜਾਂਦੇ ਹਨ ਸੋ ਇਹ ਸਾਰੀਆਂ ਹੀ ਆਪਸ਼ਨਸ ਤੁਹਾਨੂੰ ਸ਼ਟਿੰਗ ਡਾਊਨ ਦੇ ਵਿੱਚ ਦਿਖਾਈ ਦੇਣਗੀਆਂ ਤੁਸੀਂ ਆਪਣੀ ਲੋੜ ਦੇ ਅਨੁਸਾਰ ਕਿਸੇ ਵੀ ਆਪਸ਼ਨ ਤੇ ਕਲਿੱਕ ਕਰਕੇ ਕੰਪਿਊਟਰ ਸਿਸਟਮ ਨੂੰ ਬੰਦ ਜਾਂ ਲੋਕ ਜਾਂ ਸਲੀਪ ਮੋਡ ਵਿੱਚ ਲੈ ਕੇ ਆ ਸਕਦੇ ਹੋ ਸੋ ਵਿਦਿਆਰਥੀਓ ਇਹ ਸੰ ਤੁਹਾਡੇ ਚੈਪਟਰ ਨੰਬਰ 4 ਦੇ ਮੇਨ ਮੇਨ ਟੌਪਿਕ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦੱਸੇ ਗਏ ਜਿੰਨੇ ਵੀ ਟੌਪਿਕ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ